ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ ਮੇਰੇ ਸ਼ਹਿਰ ਦਾ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ 29 ਜਨਵਰੀ 2020 ਅਤੇ ਬਸੰਤ ਦਾ ਦਿਨ, ਬਸੰਤ ਦਾ ਦਿਨ ਹੈ ਅਤੇ ਅਸਮਾਨ ਦੇ ਵਿੱਚ ਤੁਹਾਨੂੰ ਪਤੰਗ ਹੀ ਪਤੰਗ ਦਿਖਣੇ ਹੈ। ਕੋਈ ਵੀ ਬੱਚਾ ਘਰ ਦੇ ਕਮਰੇ 'ਚ ਨਹੀਂ ਬੈਠਾ ਹੋਣਾ, ਉਹ ਬੱਚੇ ਜਿਹੜੇ ਨੇ ਉਹ ਸਾਰੇ ਛੱਤਾਂ 'ਤੇ ਨੇ ਅਤੇ ਛੱਤਾਂ ਤੋਂ ਬੜੀਆਂ ਆਵਾਜ਼ਾਂ ਗਾਣਿਆਂ ਦੀਆਂ ਆ ਰਹੀਆਂ, ਆਈ ਬੋ ਦੀਆਂ ਆਵਾਜ਼ਾਂ ਆ ਰਹੀਆਂ, ਲੋਕ ਫਨ ਕਰ ਰਹੇ ਆ ਪੂਰਾ। ਅਤੇ ਛੋਟੇ ਛੋਟੇ ਬੱਚੇ ਨੇ ਜਿਹੜੇ, ਹੈ ਨਾ, ਉਹ ਬੈਲੂਨਸ ਜਿਹੜਾ ਉਹ ਲੈ ਰਹੇ ਆ, ਕੁੜੀਆਂ ਜਿਹੜੀਆਂ ਉਹ ਬੈਲੂਨਸ ਖਰੀਦੀਆਂ। ਪਹਿਲਾਂ ਤਾਂ ਆਪਾਂ ਇਹ ਦੇਖੀਏ, ਇਹ ਪਰਸ਼ਰਾਮ ਨਗਰ ਤੋਂ ਅੱਗੇ ਥੋੜ੍ਹਾ ਜਿਹਾ ਆਈਏ ਤਾਂ ਇਹਨੂੰ ਪ੍ਰਤਾਪ ਨਗਰ ਵੱਲ ਨੂੰ ਏਰੀਆ ਜਾਂਦਾ ਜੀ, ਤਾਂ ਇੱਥੇ ਬੈਲੂਨਸ ਜਿਹੜੇ ਨੇ ਗੁਬਾਰੇ ਵੇਚੇ ਜਾ ਰਹੇ ਨੇ, ਤੁਸੀਂ ਦੇਖੋ। ਅਤੇ ਪੁੱਛਦੇ ਹਾਂ ਆਪਾਂ, ਮੇਰੇ ਵੀਰ ਖੜ੍ਹੇ ਨੇ ਇੱਥੇ ਬੈਲੂਨ ਲੈ ਕੇ, ਪਹਿਲਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਰਣਦੀਪ ਸਿੰਘ ਜੀ। ਰਣਦੀਪ ਸਿੰਘ ਜੀ, ਪਹਿਲੀ ਗੱਲ ਤਾਂ ਬਸੰਤ ਦੀਆਂ ਬਹੁਤ ਬਹੁਤ ਵਧਾਈਆਂ। ਸੋਨੂ ਵੀ ਜੀ, ਬਹੁਤ ਬਹੁਤ ਵਧਾਈਆਂ ਸਾਰੇ ਦੋਸਤਾਂ ਨੂੰ। ਹਾਂ, ਅੱਛਾ, ਇਹ ਬੈਲੂਨਸ ਤੁਸੀਂ ਆਪਣੇ ਲਈ ਲੈ ਕੇ ਜਾ ਰਹੇ ਹੋ? ਬੱਚੇ ਵਾਸਤੇ? ਹਾਂਜੀ। ਅਤੇ ਕਿੱਡਾ ਕੁ ਬੱਚਾ? 4 ਸਾਲ ਦੀ ਗੁੜੀ ਹੈ ਜੀ। ਉਹਨੂੰ ਲੈ ਕੇ ਆਉਣਾ ਸੀ ਨਾਲ? ਐਕਚੁਅਲੀ ਮੈਂ ਬਾਜ਼ਾਰ ਗਿਆ ਹੋਇਆ ਸੀ, ਉੱਧਰੋਂ ਜਾਂਦਾ ਹੋਇਆ ਵਾਪਸ ਲੈ ਕੇ ਚੱਲਿਆ। ਹਾਂਜੀ, ਠੀਕ ਹੈ, ਕਿਉਂਕਿ ਪਤਾ ਕੀ, ਬੱਚਿਆਂ ਨੂੰ ਬੈਲੈਂਸ ਬਹੁਤ ਅੱਛੇ ਲੱਗਦੇ ਆ। ਬਿਲਕੁਲ ਜੀ, ਬਿਲਕੁਲ। ਅਤੇ ਮੁੰਡੇ ਤਾਂ ਚਲੋ ਜਿਹੜਾ ਪਤੰਗ ਉਡਾ ਲੈਂਦੇ ਉਹਨਾਂ ਨੂੰ, ਹੈ ਨਾ, ਇਹ ਹੁੰਦਾ ਵੀ ਮੈਂ ਪਤੰਗ ਉਡਾਉਣਾ, ਤਾਂ ਕੁੜੀਆਂ ਨੂੰ ਹੁੰਦਾ ਵੀ ਅਸੀਂ ਬੈਲੂਨ ਉਡਾਈਏ, ਇਸੇ ਤਰੀਕੇ ਨਾਲ। ਬਿਲਕੁਲ ਜੀ, ਬਿਲਕੁਲ। ਅੱਛਾ, ਅੱਜ ਬਸੰਤ 'ਤੇ ਤੁਸੀਂ ਕਿਸ ਤਰੀਕੇ ਨਾਲ ਸੈਲੀਬ੍ਰੇਟ ਕਰੋਗੇ ਇਹਨੂੰ? ਸਰ, ਬਸੰਤ ਇਹ ਹੈ ਵੀ ਜਦੋਂ ਤੋਂ ਬਚਪਨ ਤੋਂ ਲੈ ਕੇ ਹੁਣ ਤਾਂ ਪਤੰਗ ਚੜਾਉਂਦੇ ਰਹੇ ਹਾਂ, ਪਤੰਗ ਚੜਾਵਾਂਗੇ ਜੀ, ਪੀਲੇ ਚੌਲ ਖਾਵਾਂਗੇ, ਚਾਹ ਪਾਣੀ ਪੀਵਾਂਗੇ, ਠੀਕ ਹੈ, ਹੱਸਾਂ ਖੇਡਾਂਗੇ ਅਤੇ ਪਤੰਗ ਚੜਾਵਾਂਗੇ। ਬਿਲਕੁਲ, ਅਤੇ ਠੀਕ ਹੈ ਬ੍ਰਦਰ, ਥੈਂਕ ਯੂ, ਬਹੁਤ ਬਹੁਤ ਵਧਾਈਆਂ ਤੁਹਾਨੂੰ ਬਸੰਤ ਦੀਆਂ। ਗੱਲ ਪਤਾ ਕੀ ਹੈ, ਅਸੀਂ ਇਹ ਦੇਖਿਆ ਵੀ ਬੜੇ ਪਤੰਗ ਉੱਡ ਰਹੇ ਆ ਅਸਮਾਨ ਦੇ ਵਿੱਚ, ਬੜੇ ਗੁਬਾਰੇ ਵੀ ਉੱਡ ਰਹੇ ਆ ਅਸਮਾਨ ਦੇ ਵਿੱਚ। ਇੱਕ ਬਜ਼ੁਰਗ ਸਾਡੇ ਨਾਲ ਬਾਈ ਜੀ ਖੜ੍ਹੇ ਨੇ, ਇਹ ਵੀ ਦੇਖੋ, ਛੋਟਾ ਜਿਹਾ ਬੱਚਾ ਲੈ ਕੇ, ਬੜਾ ਪਿਆਰਾ ਬੱਚਾ, ਆਹ ਦੇਖੋ, ਕੀ ਨਾਮ ਹੈ ਇਹਦਾ? ਸ਼ਾਨੂ। ਸ਼ਾਨੂ, ਕੀ ਨਾਮ ਹੈ ਜੀ? ਸ਼ਾਨਵੀ। ਸ਼ਾਨੂ, ਅੱਛਾ, ਸ਼ਾਨੂ ਦੇ ਲਈ ਵੀ ਬੈਲੂਨ ਲੈ ਕੇ ਆਇਓ? ਹਾਂਜੀ ਹਾਂਜੀ, ਬਿਲਕੁਲ। ਹੈਲੋ, ਛੋਟੇ ਛੋਟੇ ਬੱਚੇ ਹੈ ਨਾ, ਉਹਨਾਂ ਨੂੰ ਇਹ ਯਾਰ ਵੀ ਮੈਂ ਬਸੰਤ ਦੇ ਉੱਤੇ ਗੁਬਾਰੇ ਉਡਾਉਣੇ ਆ। ਹਾਂਜੀ ਹਾਂ, ਬਿਲਕੁਲ ਜੀ। ਪਰ ਪਿਛਲੇ ਦਿਨੀ ਇੱਕ ਅਸਮਾਨ ਦੇ ਉੱਤੇ ਇੱਕ ਐਸਾ ਪਤੰਗ ਹੈ ਜਿਹੜਾ ਉਹ ਉੱਡ ਰਿਹਾ, ਜਿਹਦੀ ਡੋਰ ਚਾਈਨਾ ਦੀ ਨਹੀਂ ਹੈਗੀ, ਪਰ ਉਹ ਅਸਮਾਨ 'ਤੇ ਹੈ, ਉਹਦੀ ਡੋਰ ਹੈ ਜਿਹੜੀ ਸੰਸਕਾਰਾਂ ਦੀ ਡੋਰ ਹੈ। ਬੜਾ ਨਾਮ ਰੋਸ਼ਨ ਕੀਤਾ ਉਹਨੇ ਬਠਿੰਡਾ ਸ਼ਹਿਰ ਦਾ। ਜੇ ਮੈਂ ਇਹ ਕਹਾਂ, ਗਾਇਕੀ ਦੇ ਖੇਤਰ ਦੇ ਵਿੱਚ, ਕਿਉਂਕਿ ਜਿਹੜਾ ਬਸੰਤ ਹੈ ਨਾ, ਬਸੰਤ ਜਿਹੜਾ ਉਹ ਸਰਸਵਤੀ ਮਾਂ ਦੇ ਨਾਲ ਰਿਲੇਟਡ ਆ, ਹੈ ਨਾ, ਅਤੇ ਸਰਸਵਤੀ ਨੇ ਇੱਕ ਐਸਾ ਪਤੰਗ ਸਾਨੂੰ ਦਿੱਤਾ ਇੱਕ ਵੀ ਜਿਹੜਾ ਅਸਮਾਨ ਦੇ ਟੌਪ 'ਤੇ ਤੁਰਿਆ ਫਿਰਦਾ, ਅਤੇ ਉਹ ਸਾਡਾ ਸਾਰਿਆਂ ਦਾ ਮਾਣ ਵਧਾ ਰਿਹਾ। ਪਰ ਹਲੀਮੀ ਦੇਖੋ ਉਸ ਟੱਬਰ ਦੇ ਵਿੱਚ, ਤੁਹਾਨੂੰ ਯਾਦ ਹੋਣਾ ਜਦੋਂ ਸਨੀ ਦਾ ਪਹਿਲਾ ਪ੍ਰੋਗਰਾਮ, ਸਨੀ ਹਿੰਦੁਸਤਾਨੀ ਦੀ ਮੈਂ ਗੱਲ ਕਰ ਰਿਹਾ, ਸਨੀ ਹਿੰਦੁਸਤਾਨੀ ਇੰਡੀਅਨ ਆਈਡਲ ਦਾ ਉਹ ਬੱਚਾ ਜਿਹਨੇ, ਮੇਰੇ ਹਿਸਾਬ ਨਾਲ, ਹਰ ਬੰਦੇ ਦੀ ਆਪੋ ਆਪਣੀ ਸੋਚ ਹੈ, ਮੇਰੇ ਹਿਸਾਬ ਨਾਲ ਇੰਡੀਅਨ ਆਈਡਲ ਤੋਂ ਵੀ ਉਤਾਂ ਦਾ ਇੱਕ ਮੁਕਾਮ ਹੈ ਜਿਹੜਾ ਉਹ ਹਾਸਲ ਕਰ ਲਿਆ, ਉਹਨੇ ਸਾਡੇ ਬਠਿੰਡੇ ਦਾ ਨਾਮ ਰੋਸ਼ਨ ਕੀਤਾ। ਅਤੇ ਖਾਸ ਕਰ ਇਹ ਜਿਹੜੀ ਕਮਿਊਨਿਟੀ ਹੈ, ਆਹ ਕਮਿਊਨਿਟੀ ਹੈ ਗੁਬਾਰੇ ਵੇਚਣ ਵਾਲੀ, ਤੁਹਾਨੂੰ ਪਤਾ ਵੀ ਇਸੇ ਕਮਿਊਨਿਟੀ 'ਚੋਂ ਉੱਠ ਕੇ ਉਹ ਬੱਚਾ ਜਿਹੜਾ ਆ ਉਹ ਟੌਪ 'ਤੇ ਪਹੁੰਚਿਆ। ਪਹਿਲਾਂ ਤਾਂ ਆਪਾਂ ਇਹਨਾਂ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਵੀ ਜਿਹੜੇ, ਕਿਉਂ ਮੇਰੇ ਵੀਰ, ਕੀ ਨਾਮ ਹੈ ਆਪਣਾ? ਚਰਨਜੀਤ। ਚਰਨਜੀਤ,
ਕਰਨਜੀਤ ਸਨੀ ਹਿੰਦੁਸਤਾਨੀ ਇੰਡੀਅਨ ਆਈਡਲ 'ਚ ਨਾ ਨਾਮ ਪੂਰਾ ਖੱਟ ਰਿਹਾ, ਤੁਹਾਡੀ ਕਮਿਊਨਿਟੀ 'ਚੋਂ ਹੈ, ਉਹਦੇ ਮਦਰ ਵੀ ਬੈਲੂਨ ਵੇਚਦੇ, ਉਹਦੀ ਸਿਸਟਰ ਵੀ ਵੇਚਦੀ ਹੈ, ਕਿੱਦਾਂ ਦਾ ਲੱਗਦਾ? ਬਹੁਤ ਵਧੀਆ ਲੱਗਦਾ ਜੀ, ਸਾਨੂੰ ਬਹੁਤ ਵਧੀਆ ਲੱਗਦਾ, ਹੈ ਸਾਡੇ ਵਿੱਚੋਂ ਗਿਆ, ਬਹੁਤ ਵਧੀਆ ਲੱਗਦਾ ਜੀ। ਉਹਦੇ ਨਾਲ ਆਪਣੀ ਕੋਈ ਰਿਸ਼ਤੇਦਾਰੀ ਉਹਦੇ ਨਾਲ? ਕੋਈ ਭਾਈਆਂ ਵਰਗਾ ਜੀ, ਭਾਈਆਂ ਵਰਗਾ ਸੀ। ਅਤੇ ਅੱਜ ਜਦੋਂ ਉਹ ਇਸ ਮੁਕਾਮ 'ਤੇ ਪਹੁੰਚ ਗਿਆ ਅਤੇ ਗੁਬਾਰੇ ਵੇਚਦਿਆਂ ਨੂੰ ਆਪਾਂ ਨੂੰ ਕੀ ਲੱਗਦਾ? ਬਹੁਤ ਖੁਸ਼ੀ ਹੁੰਦੀ ਜੀ, ਇੱਥੋਂ ਹੀ ਗਿਆ ਉਹ, ਸਾਡੇ ਨਾਲ ਹੀ ਗੁਬਾਰੇ ਵੇਚਦਾ ਸੀਗਾ। ਵਧੀਆ 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 ਲੱਗਦਾ ਜੀ, ਬਹੁਤ ਵਧੀਆ ਲੱਗਦਾ। ਪਿਛਲੇ ਬਸੰਤਾਂ 'ਚ ਤੁਸੀਂ ਜਿਹੜਾ ਗੁਬਾਰੇ ਵੇਚਦੇ ਸੀ, ਉਦੋਂ ਤੁਹਾਡੀ ਕਮਿਊਨਿਟੀ 'ਚੋਂ ਕੋਈ ਵੀ ਬੱਚਾ ਜਾਂ ਕੋਈ ਵੀ ਬੰਦਾ ਜਿਹੜਾ ਉਹ ਅਗਾਂਹ ਨਹੀਂ ਸੀ ਗਿਆ? ਹੁਣ ਇਹ ਆ ਵੀ ਯਾਰ ਲੱਗਦਾ ਵੀ ਹਾਂ ਗੁਬਾਰੇ ਵੇਚਣ ਵਾਲੇ ਹੈ ਨਾ, ਉਹਨਾਂ ਦਾ ਮੁੰਡਾ ਯਾਰ ਕਿਆ ਬਾਤ ਹੈ, ਸਿਰਾ ਲਾਈ ਤੁਰੀ ਜਾਂਦਾ। ਫਿਰ ਇੱਥੇ ਜੋ ਵੀ ਆਉਂਦਾ ਸਾਨੂੰ ਐਂ ਕਹਿੰਦਾ ਵੀ ਤੁਸੀਂ ਸਨੀ ਦੇ ਰਿਸ਼ਤੇਦਾਰ ਹੋ, ਸਾਨੂੰ ਹੌਸਲਾ ਬਹੁਤ ਹੁੰਦਾ। ਹੌਸਲਾ ਹੁੰਦਾ? ਹਾਂਜੀ, ਵਧੀਆ ਲੱਗਦਾ ਵੀ ਅਸੀਂ, ਵਧੀਆ ਲੱਗਦਾ, ਯਾਨੀ ਕਿ ਵਧੀਆ ਲੱਗਦਾ, ਵਧੀਆ ਲੱਗਦਾ ਇਹਦਾ ਮਤਲਬ। ਹਾਂਜੀ ਸਣੀ, ਇਹਨਾਂ ਉਹੀ ਗੱਲ ਹੈ ਵੀ ਇਹਨਾਂ ਗੁਬਾਰੇ ਵੇਚਣ ਵਾਲਿਆਂ ਦੇ ਵਿੱਚੋਂ ਹੀ ਗਿਆ, ਬੜੀ ਮਿਹਨਤ ਕੀਤੀ, ਪਰ ਸਰਸਵਤੀ ਮਾਂ ਦੀ ਉਹਦੇ 'ਤੇ ਕਿਰਪਾ ਸੀ ਅਤੇ ਸਰਸਵਤੀ ਮਾਂ ਦਾ ਹੀ ਇਹ ਤਿਉਹਾਰ ਆਪਾਂ ਕਹਿ ਦਿੰਦੇ ਹਾਂ ਬਸੰਤ। ਇਸ ਬਸੰਤ 'ਤੇ ਤੁਸੀਂ ਵੇਖੋ ਕੈਸਾ ਪਤੰਗ, ਕੈਸਾ ਗੁਬਾਰਾ ਜਿਹੜਾ ਅਸੀਂ ਇਹ ਕਹਿ ਲਈਏ ਝੂਲ ਰਹੇ ਨੇ ਬਸੰਤ ਦੇ ਵਿੱਚ, ਹੈ ਨਾ। ਅਤੇ ਆਪਾਂ ਦੇਖੋ ਹਲੀਮੀ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀ, ਹਲੀਮੀ ਦੀ ਗੱਲ ਇਹ ਹੈ ਵੀ ਅੱਜ ਵੀ ਸਣੀ ਦੇ ਮਦਰ, ਸਣੀ ਦੀ ਮਾਂ ਇਸ ਥਾਂ 'ਤੇ ਗੁਬਾਰੇ ਵੇਚ ਰਹੀ ਹੈ, ਭਾਵੇਂ ਮੁੰਡਾ ਜੋ ਬਹੁਤ ਜ਼ਿਆਦਾ ਨਾਮ ਖੱਟ ਗਿਆ ਦੁਨੀਆ ਦੇ ਵਿੱਚ, ਉਸ ਬੱਚੇ ਨੇ ਨਾਮ ਕੀਤਾ, ਪਰ ਮਾਂ ਅੱਜ ਵੀ ਗੁਬਾਰੇ ਵੇਚ ਰਹੀ ਹੈ। ਕਿੱਥੇ ਹੈ ਮਾਂ? ਆਪਾਂ ਦੇਖੋ ਆ ਜੋ ਗੱਲ ਕਰਦੇ ਹਾਂ, ਉਹੀ ਮਾਂ ਜਿਹਦਾ ਪੁੱਤਰ, ਜਿਹਨੂੰ ਲੋਕ ਅੱਜ, ਜਿਹਦੇ ਮੁੰਡੇ ਨੂੰ ਅੱਜ ਲੋਕ ਸਲਾਮਾਂ ਕਰਦੇ ਆ, ਅਤੇ ਮਾਂ ਵੇਖੋ ਉਹ ਗੁਬਾਰਿਆਂ ਵਾਸਤੇ ਮਿਹਨਤ ਕਰ ਰਹੀ ਹੈ, ਪਾਣੀ ਭਰ ਰਹੀ ਹੈ ਹੈਂਡ ਪੰਪ ਤੋਂ। ਆ ਜੋ ਆਪਾਂ ਉੱਥੇ ਹੀ ਗੱਲ ਕਰਕੇ ਦੇ ਹਾਂ, ਪਹਿਲਾਂ ਨਾਲ ਇਹ ਉਹ ਮਾਂ ਜਿਹਦਾ ਮੁੰਡਾ ਕਿੰਨਾ ਨਾਮ ਖੱਟ ਚੁੱਕਿਆ ਹੈ ਨਾ, ਅਤੇ ਤੁਸੀਂ ਦੇਖੋ ਕਿਸ ਥਾਂ 'ਤੇ ਮਾਂ ਜਿਹੜੇ ਪਾਣੀ ਭਰ ਰਹੀ ਹੈ ਹੈਂਡ ਪੰਪ ਤੋਂ। ਪਰ ਆਪਾਂ ਇਹਨਾਂ ਦੇ ਨਾਲ ਗੱਲ ਵੀ ਕਰਦੇ ਆਉਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ, ਆ ਜਾਓ ਆ ਜਾਓ, ਤੁਰੇ ਚੱਲਦੇ ਆਪਾਂ ਉੱਥੇ ਚੱਲਦੇ ਹਾਂ। ਅਤੇ ਅੱਜ ਤਾਂ ਫਿਰ ਬਸੰਤ ਮਨਾਇਆ ਜਾ ਰਿਹਾ ਜੀ? ਹਾਂਜੀ, ਹਰ ਸਾਲ ਹੀ ਮਨਾਉਂਦੇ। ਅੱਛਾ ਠੀਕ ਹੈ, ਹਰ ਸਾਲ ਆਪਾਂ ਬਸੰਤ ਮਨਾਉਂਦੇ ਹਾਂ, ਪਰ ਐਤਕੀ ਦਾ ਜਿਹੜਾ ਬਸੰਤ ਹੈ ਆਪਾਂ ਇਹ ਗੱਲ ਕਰੀਏ ਵੀ ਐਤਕੀ ਦਾ ਜਿਹੜਾ ਬਸੰਤ ਹੈ ਉਹ ਕਿੱਦਾਂ ਦਾ ਲੱਗਦਾ? ਹੁਣ ਇੱਦਾਂ ਦਾ ਲੱਗਦਾ ਹੈਗਾ, ਹਰ ਸਾਲ ਮੇਰਾ ਮੁੰਡਾ ਮੇਰੇ ਨਾਲ ਹੁੰਦਾ ਅਤੇ ਇਸ ਸਾਲ ਮੇਰੇ ਨਾਲ ਨਹੀਂ ਹੈਗਾ, ਅਤੇ ਹਾਂਜੀ ਹਰ ਸਾਲ ਆਉਂਦਾ ਮੇਰੇ ਨਾਲ ਬਸੰਤ ਕਰਨ, ਅਤੇ ਹੁਣ ਹੈ ਨਹੀਂ ਅਤੇ ਬੰਬੇ ਹੈਗਾ। ਬੰਬੇ? ਹਾਂ ਬਿਲਕੁਲ। ਆਪਾਂ ਇਸੇ ਜਗ੍ਹਾ 'ਤੇ ਕਰਦੇ ਸੀ ਕਿ ਕਿਤੇ ਹੋਰ ਗੁਬਾਰੇ ਵੇਚਦੇ ਸੀ? ਨਹੀਂ, ਇਸੇ ਜਗ੍ਹਾ 'ਤੇ ਪਹਿਲੇ ਤਾਂ ਅਸੀਂ ਉੱਥੇ ਲਾਉਂਦੇ ਸੀ ਅਤੇ ਉੱਥੇ ਦੀਵਾਰ ਹੋ ਗਈ ਅਤੇ ਫਿਰ ਇੱਥੇ ਲਾ ਲਿੱਤੇ, ਹਰ ਸਾਲ ਇੱਥੇ ਹੀ ਆ। ਇੱਥੇ ਹੀ ਲਾਉਂਦੇ ਸੀ ਵੀ ਇਹ ਉਹ ਜਗ੍ਹਾ ਵੀ ਜਿੱਥੇ ਸਣੀ ਆਪਣੀ ਮਾਂ ਨਾਲ ਇੱਥੇ ਗੁਬਾਰੇ ਵੇਚਦਾ ਸੀ। ਇਹ ਇਹੀ ਮਸ਼ੀਨ ਹੈ ਜਿਹਦੇ ਤੋਂ ਵੇਚਦਾ ਸੀ ਕਿ ਕਿਹੜੀ? ਨਹੀਂ ਇਹੀ ਸੀ, ਅਤੇ ਇਹ ਤਾਂ ਹੁਣ ਲਿੱਤੀ ਸੀ, ਕਿਰਾਏ 'ਤੇ ਲਿੱਤੀ। ਟੈਂਕੀਆਂ ਤਾਂ ਉਹੀ, ਉਹ ਟੈਂਕੀ ਉਹ ਹੈ, ਇਹ ਉਹੀ ਟੈਂਕੀ ਜਿਹੜੀ ਘਰ ਪਈ ਸੀ। ਲਓ ਆਪਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬੜੀ ਦੇਖੋ ਸੋਚਣ ਵਾਲੀ ਜਿਹੜੀ ਗੱਲ ਹੈ ਉਹ ਇਹ ਹੈ, ਇਹ ਦੇਖੋ ਇਹ ਉਹੀ ਟੈਂਕੀ ਹੈ, ਤੁਹਾਡੀ ਯਾਦ ਹੋਣਾ ਜਦੋਂ ਸਣੀ ਦਾ ਪਹਿਲਾ ਪ੍ਰੋਗਰਾਮ ਆਉਣਾ ਸੀ ਤਾਂ ਮੈਂ ਤੁਹਾਨੂੰ ਦਿਖਾਇਆ ਸੀ ਵੀ ਇਹ ਐਵੇਂ ਰੂਲੀ ਫਿਰਦੀ ਸੀ, ਹੈ ਨਾ। ਇਹਦੇ 'ਚ ਮੈਨੂੰ ਦੇਖੋ ਅੱਜ ਮੈਨੂੰ ਲੱਗਦਾ ਵੀ ਇਸ ਟੈਂਕੀ ਦੇ ਵਿੱਚ ਕਿੰਨੀ ਜਾਨ ਆ ਗਈ ਹੈ ਅਤੇ ਮਾਂ 'ਚ ਵੀ ਇੰਨੀ ਜਾਨ ਹੈ ਵੀ ਉਦੋਂ ਗੁਬਾਰੇ ਜਿਹੜੇ ਸੀਗੇ ਮਾਂ
ਇਹਦੇ ਤੇ ਨਹੀਂ ਸੀ ਵੇਚ ਰਹੀ ਮਾਂ। ਜਿਸ ਦਿਨ ਉਸ ਦਿਨ ਮੈਂ ਮਿਲਿਆ ਸੀ ਸਨੀ ਦੀ ਮਾਂ ਨੂੰ ਤਾਂ ਮਾਂ ਬੜੀ ਉਦਾਸ ਸੀ। ਅੱਜ ਉਹ ਉਦਾਸੀ ਉੱਡ ਗਈ ਕਿਤੇ? ਉੱਡ ਗਈ, ਬੱਚੇ ਨੇ ਉਡਾ ਦਿੱਤੀ। ਐਵੇਂ ਅੱਜ ਜਰਮਨੀ ਤੇ ਉਹਦੀ ਭੈਣ ਬਣੀ ਸੀ ਤੇ ਉਹਨਾਂ ਨੇ ਪੈਸੇ ਉਸੇ ਦੇ ਕੇ ਭੇਜੇ ਸਾਨੂੰ ਤੇ ਘਰ ਉਹ ਬਣੀ ਜਾਂਦਾ ਹੈਗਾ ਤੇ ਮਨ ਤਾਂ ਖੁਸ਼ ਹੋਊਗਾ, ਟੈਨਸ਼ਨਾਂ ਤਾਂ ਹਟੀ ਜਾਂਦੀਆਂ ਤੇ ਫਿਰ ਦਿਲ ਤਾਂ ਖੁਸ਼ ਹੋਊਗਾ। ਕਹਿੰਦੇ ਨੇ ਆਈ ਬਸੰਤ ਪਾਲਾ ਉੜੰਤ, ਪਰ ਇਹ ਬਸੰਤ ਆਪਾਂ ਇਹ ਕਹਿੰਦੇ ਵੀ ਇੱਦਾਂ ਦਾ ਆਇਆ ਜਿਹਦੇ ਵਿੱਚ ਸਨੀ ਦੇ ਟੱਬਰ ਦੀਆਂ ਟੈਨਸ਼ਨਾਂ ਜਿਹੜੀਆਂ ਉਹ ਉੱਡ ਗਈਆਂ ਅਤੇ ਇੱਕ ਰੰਗ ਬਿਰੰਗਾ ਜਿਹਾ ਮਾਹੌਲ ਹੈ ਜਿਹੜਾ ਉਹ ਬਣ ਗਿਆ। ਹਾਂਜੀ, ਬਣ ਰਿਹਾ ਅਤੇ ਬਣੂਗਾ ਵੀ ਅੱਗੇ। ਸਾਡੇ ਬੱਚੇ 'ਤੇ ਸਾਨੂੰ ਭਰੋਸਾ ਹੈ, ਪੂਰੇ ਪੰਜਾਬ 'ਤੇ, ਪੂਰੀ ਇੰਡੀਆ 'ਚ ਸਾਡੇ ਬੱਚੇ ਨੂੰ ਇੰਨਾ ਪਿਆਰ ਦਿੰਦੇ ਪਏ, ਵੋਟ ਕਰਦੇ ਪਏ, ਸਾਰੇ ਪੰਜਾਬ ਦਾ ਧੰਨਵਾਦ, ਸ਼ੁਕਰਗੁਜ਼ਾਰ ਸੀ। ਹਾਂ, ਅੱਛਾ ਇਹ ਦੇਖੋ, ਇਹ ਉਹ ਟੈਂਕੀ ਹੈ ਜਿਹਦੇ ਤੋਂ ਸਨੀ ਗੁਬਾਰੇ ਵੇਚਦਾ ਹੁੰਦਾ ਸੀ ਆਪਣੀ ਮਾਂ ਦੇ ਨਾਲ, ਪਰ ਇਸ ਮਾਂ ਨੇ ਜਿਹੜੇ ਗੁਬਾਰੇ ਵੇਚੇ ਨੇ, ਜਿਹੜੇ ਇੱਕ ਗੁਬਾਰਾ ਐਸਾ ਅਸਮਾਨ ਦੇ ਵਿੱਚ ਉੜਾਇਆ ਸਨੀ ਰੂਪੀ, ਜਿਹੜਾ ਦੇਖੋ ਉਹ ਗੁਬਾਰੇ ਨੇ ਉੱਤੇ ਹੀ ਉੱਡਦੇ ਰਹਿਣਾ, ਇਹ ਉਹ ਗੁਬਾਰੇ ਨੇ ਜਿਹੜੇ ਜਿਹਨਾਂ 'ਚੋਂ ਫੂਕ ਨਿਕਲ ਜਾਣੀ ਹੈ, ਜਿਹਨਾਂ 'ਚੋਂ ਹਵਾ ਨਿਕਲ ਜਾਣੀ ਹੈ। ਥੋੜ੍ਹੀ ਦੇਰ ਲਈ ਇਹ ਗੁਬਾਰੇ ਉੱਡਣਗੇ, ਉਦੋਂ ਬਾਅਦ ਕਿਤੇ ਨਾ ਕਿਤੇ ਥੱਲੇ, ਪਰ ਸਨੀ ਜਿਹੜਾ ਤੁਸੀਂ ਗੁਬਾਰਾ ਅਸਮਾਨ ਦੇ ਵਿੱਚ ਛੱਡਿਆ, ਇਹ ਮੈਨੂੰ ਲੱਗਦਾ ਵੀ ਇਹ ਤਾਂ ਇਹਦੀ ਪਹੁੰਚਦਾ ਜਾਣਾ। ਇਹ ਜਿਵੇਂ ਛੱਡਿਆ ਤਾਂ ਉਹ ਤਾਂ ਦਿੱਤਾ ਐਵੇਂ ਉੱਡਿਆ ਪਿਆ ਅਤੇ ਪੂਰੇ ਪੰਜਾਬ ਕਰਕੇ, ਪੂਰੇ ਇੰਡੀਆ ਕਰਕੇ ਅਤੇ ਮਾਂ ਦੀ ਦੁਆ ਕਰਕੇ। ਬਿਲਕੁਲ, ਇੱਕ ਤਾਂ ਇਸ ਮਾਂ ਦੀ ਦੁਆ ਜਿਹਨੇ ਜੰਮਿਆ, ਅਤੇ ਇੱਕ ਉਸ ਮਾਂ ਜਿਹੜੀ ਉਹਦੀ ਗਲੇ ਦੇ ਵਿੱਚ ਹੈ, ਸਰਸਵਤੀ ਮਾਂ। ਸਰਸਵਤੀ ਮਾਂ ਦਾ ਹੀ ਅੱਜ ਤਿਉਹਾਰ ਹੈ ਜਿਹਨੂੰ ਮੈਂ ਕਹਾਂ ਕਿ ਬਸੰਤ, ਅਤੇ ਸਰਸਵਤੀ ਮਾਂ ਦੇ ਤਿਉਹਾਰ ਕਾਰਨ, ਸਰਸਵਤੀ ਕਾਰਨ ਉਹ ਤੁਸੀਂ ਦੇਖੋ ਦੁਨੀਆ ਦੇ ਅਸਮਾਨ 'ਤੇ ਐਸਾ ਪਤੰਗ ਚੜ੍ਹਿਆ ਕਿ ਉਹਨੇ ਉਡਾਰੀਆਂ ਐਸੀਆਂ ਮਾਰਨੀਆਂ, ਮਾਰ ਲਈਆਂ ਮੈਂ ਕਹਾਂ ਕਿ ਇਸ ਸਮਾਜ ਦਾ ਨਾਮ ਇੰਨਾ ਉੱਚਾ ਕਰਤਾ, ਕੀ ਕਹੂੰਗਾ ਮੈਂ, ਕੀ ਕਹਾਂਗੀ ਮੈਂ, ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਬੱਚੇ ਵਾਸਤੇ ਬੋਲਣ ਨੂੰ, ਇੰਨੀ ਖੁਸ਼ੀ, ਇੰਨਾ ਪਿਆਰ ਹੈਗਾ ਅਤੇ ਸਾਰੇ ਪੰਜਾਬ ਦਾ, ਪੂਰੇ ਇੰਡੀਆ ਦਾ, ਪੂਰੇ ਸਾਡੇ ਸੰਸੀ ਸਮਾਜ ਦਾ ਬਹੁਤ ਹੀ ਜ਼ਿਆਦਾ, ਬਹੁਤ ਹੀ ਧੰਨਵਾਦ। ਤੁਸੀਂ ਬੰਬੇ ਵੀ ਗਏ ਸੀ? ਬੰਬੇ ਵੀ ਗਏ, ਇੱਥੇ ਤੁਸੀਂ ਸੜਕਾਂ ਦੇ ਉੱਤੇ ਗੁਬਾਰੇ ਵੇਚੇ, ਕੋਈ ਲੈ ਲੈਂਦਾ ਕੋਈ ਨਹੀਂ ਲੈਂਦਾ, ਹੈ ਨਾ, ਕੋਈ ਕਹਿੰਦਾ ਵੀ ਛੱਡ ਰਹਿਣ ਦੇ ਮੈਂ ਨਹੀਂ ਲੈਣਾ, ਮਹਿੰਗਾ। ਪਰ ਜਦੋਂ ਤੁਸੀਂ ਬੰਬੇ ਗਏ, ਸਨੀ ਦਾ ਉੱਥੇ ਦੇਖਿਆ ਹੋਣਾ ਪਿਆਰ, ਮਾਣ ਸਨਮਾਨ, ਉਦੋਂ ਕੀ ਲੱਗਿਆ ਵੀ ਯਾਰ ਜਿੱਥੇ ਅਸੀਂ ਗੁਬਾਰੇ ਵੇਚਦੇ ਫਿਰਦੇ ਅਤੇ ਇੱਥੇ ਮੇਰੇ ਪੁੱਤਰ ਦਾ ਮਾਣ ਸਨਮਾਨ ਹੀ ਬਹੁਤ ਹੈ? ਉਹਦਾ ਵੀ ਬਹੁਤ ਹੈਗਾ, ਬਹੁਤ ਹੀ ਜ਼ਿਆਦਾ, ਅਤੇ ਉਸ ਤੋਂ ਜ਼ਿਆਦਾ ਮੇਰਾ ਬਹੁਤ ਮਾਣ ਸਨਮਾਨ ਕੀਤਾ ਹੈਗਾ। ਅਤੇ ਫਲੈਟ ਤੋਂ ਗਏ ਸੀ, ਫਲੈਟ ਤੋਂ ਹੀ ਆਏ, ਦੋ ਦਿਨ ਰਹੇ ਸੀ ਅਸੀਂ ਹੋਟਲ 'ਚ ਰਹੇ ਸੀ, ਚੰਗਾ ਖਾਣ ਪੀਣ ਵੀ ਮਾਣ ਸਨਮਾਨ ਨਾਲ, ਮੈਨੂੰ ਸਟੇਜ 'ਤੇ ਵੀ ਲੈ ਕੇ ਗਏ ਸੀ ਅਤੇ ਬਹੁਤ ਹੀ ਮੇਰੀ ਇੱਜ਼ਤ ਕੀਤੀ, ਬਹੁਤ ਮਾਣ ਸਨਮਾਨ ਸਨੀ ਦੀ ਤਾਂ ਹੈਗੀ ਅਤੇ ਮੇਰੀ ਵੀ ਬਹੁਤ। ਅੱਛਾ, ਕਦੀ ਸੋਚਿਆ ਸੀ ਵੀ ਮੈਂ ਕਦੀ ਆਹ ਰੇਹੜੀ ਚਲਾਉਂਦੀ ਵੀ ਕਿਸੇ ਦਿਨ ਉਹ ਜਹਾਜ਼ 'ਚ ਬਹਿ ਜੂੰਗੀ? ਨਹੀਂ ਜੀ, ਮੈਂ ਤਾਂ ਸੁਪਨੇ 'ਚ ਵੀ ਨਹੀਂ ਸੋਚਿਆ ਅੱਜ ਮੈਂ ਕਦੇ ਜਾ ਸਕਦੀ, ਮੈਂ ਗੱਡੀ 'ਚ ਵੀ ਨਹੀਂ ਸੋਚ ਸਕਦੀ ਵੀ ਸਾਡਾ ਬੰਬੇ ਕੀ ਹੈਗਾ। ਹਾਂਜੀ, ਇਹ ਤਾਂ ਮੈਂ ਨਹੀਂ ਕਹਿ ਸਕਦੀ ਜੀ ਵੀ ਮੈਂ ਕਦੇ ਰੈੜੀ ਚਲਾ, ਮੈਂ ਤਾਂ ਇਹ ਸੋਚਦੀ ਸੀ ਰੈੜੀ ਚਲਾਉਂਦੀ ਵੀ ਸਾਡੀਆਂ ਇਹ ਤੰਗੀਆਂ ਮਜ਼ਬੂਰੀਆਂ ਰੱਬ ਕਦੋਂ ਜਾਣਗੀ। ਅਤੇ ਮੇਰਾ ਇੱਕੋ ਬੱਚਾ ਸੀ, ਮੈਂ ਕੋਈ ਖੁਸ਼ੀ ਨਹੀਂ ਦੇ ਸਕੀ ਉਹਨੂੰ, ਕੋਈ ਚੰਗਾ ਕੱਪੜਾ ਜਾਂ ਕੋਈ ਖਾਣ ਨੂੰ ਪੀਣ ਨੂੰ ਜਾਂ ਕੋਈ ਉਹਦਾ ਜਨਮ ਦਿਨ, ਮੈਂ ਕੁਛ ਨਹੀਂ ਬਣਾਇਆ, ਨਾ ਕੁਛ ਵੀ ਨਹੀਂ, ਪੈਸੇ ਨਹੀਂ ਸੀ, ਗਰੀਬੀ ਸੀ, ਹਾਲਾਤ ਇਹੋ ਜਿਹੇ ਸੀ, ਤਾਂ ਕਰਕੇ ਮੈਂ ਕੀਤਾ।
ਹਾਲਾਤ ਇੱਦਾਂ ਦੇ ਸੀ ਕਿ ਮਾਂ ਉਹਨੂੰ ਚੱਜ ਦਾ ਖਾਣ ਪੀਣ ਨੂੰ ਨਹੀਂ ਸੀ ਦੇ ਸਕਦੀ, ਮਾਂ ਉਹਨੂੰ ਚੰਗੇ ਕੱਪੜੇ ਨਹੀਂ ਸੀ ਦੇ ਸਕਦੀ, ਪਰ ਮਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਸੀ, ਮਾਂ ਨੇ ਉਹਨੂੰ ਜਨਮ ਦਿੱਤਾ ਸੀ। ਇਸ ਮਾਂ ਨੇ ਉਹਨੂੰ ਜਨਮ ਦਿੱਤਾ ਸੀ ਅਤੇ ਸਰਸਵਤੀ ਮਾਂ ਨੇ ਉਹਦੇ ਗਲੇ 'ਚ ਵਾਸ ਕਰਕੇ ਉਹਨੂੰ ਇਸ ਥਾਂ 'ਤੇ ਪਹੁੰਚਾ ਦਿੱਤਾ ਕਿ ਉਹ ਮਾਂ ਦੀਆਂ ਹਰ ਇੱਛਾਵਾਂ ਪੂਰੀਆਂ ਕਰਨ 'ਤੇ ਤੁਲ ਪਿਆ। ਜਦੋਂ ਤੁਸੀਂ ਉੱਥੇ ਗਏ, ਤੁਸੀਂ ਸਟੇਜ 'ਤੇ ਬੈਠੇ, ਤੁਹਾਨੂੰ ਅੰਦਰ ਬੁਲਾਇਆ, ਉਦੋਂ ਫਿਰ ਕੀ ਲੱਗਿਆ ਮਨ ਦੇ ਵਿੱਚ? ਮੈਨੂੰ ਤਾਂ ਬਹੁਤ ਹੀ ਜ਼ਿਆਦਾ ਐਵੇਂ ਲੱਗਿਆ ਵੀ ਮੈਂ ਇੱਥੇ ਸਟੇਟ 'ਚ ਇੰਨੇ ਵੱਡੇ ਸਟੇਟ 'ਤੇ ਆ ਕੇ ਮੈਂ ਕੀ ਕਹਾਂ, ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਸੀ ਆ ਕਹਿਣ ਨੂੰ ਜੱਜਾਂ ਨੂੰ ਵੀ, ਅਤੇ ਫਿਰ ਕਿੰਨੀ ਪਬਲਿਕ ਦੁਨੀਆ ਬੈਠੀ ਸੀ, ਮੈਂ ਤਾਂ ਪਹਿਲੀ ਵਾਰ ਗਈ ਸੀ, ਸਾਨੂੰ ਅਸੀਂ ਕਿਹੜੇ ਪੜ੍ਹੇ ਲਿਖੇ ਹਾਂ, ਜਿਹੜੀ ਗੱਲ ਆਈ ਸੀ ਉਹ ਮਾੜੀ ਜੀ ਕਹਿ ਦਿੱਤੀ, ਜਿਹਨਾਂ ਨੇ ਕੋਈ ਆਈ ਸੀ ਅਸੀਂ ਉਹੀ ਗੱਲ ਕਹਿ ਬਸ ਅਸੀਂ ਕਿਹੜੇ ਕੋਈ। ਅੱਛਾ, ਜਿਹੜੇ ਚਲੋ ਠੀਕ ਹੈ, ਬਸੰਤ ਦਾ ਵੈਸੇ ਦੇਣਾ, ਮੈਨੂੰ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਪਰ ਚਲੋ ਗੱਲ ਇਹ ਹੈ ਕਿ ਜਿਹੜੇ ਸਮਾਜ 'ਚ ਤੁਸੀਂ ਰਹਿ ਰਹੇ ਹੋ, ਉਦੋਂ ਜਦੋਂ ਆਪਣੀ ਪਹਿਲਾਂ ਇੰਟਰਵਿਊ, ਮੈਨੂੰ ਲੱਗਦਾ ਤੁਹਾਡੀ ਸਭ ਤੋਂ ਪਹਿਲੀ ਇੰਟਰਵਿਊ ਮੈਂ ਹੀ ਕੀਤੀ ਸੀ। ਹਾਂਜੀ, ਹੋਰ ਕਿਸੇ ਨੇ ਨਹੀਂ ਸੀ? ਨਹੀਂ ਨਹੀਂ, ਪਹਿਲੇ ਤੁਸੀਂ ਆਏ ਸੀ। ਹਾਂ ਬਿਲਕੁਲ, ਤਾਂ ਸਭ ਤੋਂ ਪਹਿਲਾਂ ਫਿਰ ਬਹੁਤ ਹੀ ਆਏ, ਬਹੁਤ ਆਏ, ਬਿਲਕੁਲ ਚੰਗੀ ਗੱਲ ਆ। ਮੈਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਸਨੀ ਜਦੋਂ ਉਹਦੀ ਪਹਿਲੀ ਐਪੀਸੋਡ ਆਉਣੀ ਸੀ ਤਾਂ ਸਨੀ ਦੇ ਮਾਮੇ ਨੇ ਮੈਨੂੰ ਫੋਨ ਕੀਤਾ ਵੀ ਬਾਈ ਜੀ ਜੇ ਪਹਿਲਾਂ ਇੰਟਰਵਿਊ ਤੁਸੀਂ ਕਰੋ ਤਾਂ ਸਾਨੂੰ ਜ਼ਿਆਦਾ ਚੰਗਾ ਲੱਗੂਗਾ, ਤਾਂ ਮੈਂ ਸਗੋਂ 2 ਦਿਨ ਆ ਨਹੀਂ ਸਕਿਆ। ਮੈਂ ਕਿਹਾ ਯਾਰ ਵੀ ਕੋਈ ਗੱਲ ਨਹੀਂ, ਮੈਂ ਬਿਜ਼ੀ ਹਾਂ ਥੋੜ੍ਹਾ ਜਿਹਾ, ਪਰ ਮੈਂ ਜਦੋਂ ਗਿਆ ਮੈਂ ਇਹਨਾਂ ਦੇ ਘਰ ਦੇ ਹਾਲਾਤ ਦੇਖੇ, ਬਹੁਤ ਬੁਰੇ ਹਾਲਾਤ ਸੀ, ਤੁਹਾਨੂੰ ਮੈਂ ਦਿਖਾਏ ਵੀ ਸੀ ਵੀ ਉਹਦਾ ਐਡਾ ਬੁਰਾ ਹਾਲ ਸੀ ਵੀ ਘਰ ਦੇ ਵਿੱਚ ਚੁੱਲ੍ਹਾ ਵੀ ਹੈਣੀ ਸੀਗਾ ਜਿਹਦੇ 'ਤੇ ਇਹ ਬਣਾ ਕੇ ਚਾਹ ਪਿਆ ਦਿੰਦੇ, ਇਹੀ ਹੋਇਆ ਸੀ, ਨਹੀਂ ਸੀ। ਅੱਜ ਕੀ ਆਸ ਹੈ ਵੀ ਕੀ ਹੋਊਗਾ, ਕੀ ਸੁਪਨੇ ਜਿਹੜੇ ਨੇ ਕਿਸ ਤਰੀਕੇ ਦੇ ਅੱਜ ਕੱਲ੍ਹ ਆਉਂਦੇ ਨੇ ਵੀ ਮੇਰਾ ਪੁੱਤਰ ਤਾਂ ਪਰਚਮ ਲਹਿਰਾ ਰਿਹਾ ਹੈ ਨਾ, ਮੇਰਾ ਪੁੱਤਰ ਦਾ ਬਹੁਤ ਨਾਮ ਹੋ ਰਿਹਾ। ਸੁਪਨੇ ਵੀ ਹੁਣ ਤਾਂ ਵੱਖਰੇ ਵੱਖਰੇ ਆਉਂਦੇ ਹੋਣਗੇ, ਪਹਿਲਾਂ ਸੁਪਨੇ ਆਉਂਦੇ ਹੋਣੇ ਵੀ ਮੈਂ ਆਪਣੇ ਪੁੱਤ ਨੂੰ ਕੁਛ ਨਹੀਂ ਦਿੱਤਾ, ਅੱਜ ਸੁਪਨੇ ਕਿੱਦਾਂ ਦੇ ਆਉਂਦੇ ਆ? ਇੱਦਾਂ ਦੇ ਆਉਂਦੇ ਆ ਜੇ ਸੁਪਨੇ ਤਾਂ ਐਵੇਂ ਹੈਗਾ ਅਤੇ ਮਨ ਤਾਂ ਐਵੇਂ ਹੈਗਾ ਅੱਜ ਬਈ ਹੁਣ ਬੱਚਾ ਮੇਰਾ ਉੱਥੇ ਚੱਲਿਆ ਗਾ ਅਤੇ ਜਿਹੜੀਆਂ ਕਮੀਆਂ ਪੇਸ਼ੀਆਂ ਸੀਆਂ ਅਤੇ ਹੁਣ ਮੇਰਾ ਬੱਚਾ ਮੈਨੂੰ ਲੱਗਦਾ ਵੀ ਪੂਰੀਆਂ ਕਰੂਗਾ, ਅਤੇ ਮੈਂ ਕੀ ਕਰਨਾ, ਮੈਂ ਤਾਂ ਰੋਟੀ ਖਾਣੀ, ਚਾਹੇ ਅਮੀਰ ਬਣ ਜਾਏ ਅਤੇ ਚਾਹੇ ਗਰੀਬ ਬਣ ਜਾਏ, ਰੱਬ ਪਰਮਾਤਮਾ ਬਸ ਬੱਚੇ ਨੂੰ ਰੱਖੇ ਖੁਸ਼। ਅੱਛਾ ਦੇਖੋ ਤੁਸੀਂ, ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜੀ ਮਾਂ ਦਾ ਪੁੱਤ ਦੁਨੀਆਂ ਦੇ ਵਿੱਚ ਨਾਮ ਕਰਦਾ ਹੋਵੇ, ਹੈ ਨਾ, ਸਨੀ ਹਿੰਦੁਸਤਾਨੀ ਇੰਡੀਅਨ ਆਈਡਲ ਦੇ ਵਿੱਚ ਸਾਡੇ ਸਾਰਿਆਂ ਦੀ ਨਿਗਾਹ ਦੇ ਵਿੱਚ, ਇੰਡੀਅਨ ਆਈਡਲ ਤੋਂ ਮੇਰੀ ਨਿਗਾਹ ਦੇ ਵਿੱਚ ਤਾਂ ਬਹੁਤ ਉਤਾਂਹ ਦੀ ਗੱਲ ਹੈ, ਉਹ ਇੰਡੀਅਨ ਆਈਡਲ ਬਣੇ ਜਾਂ ਨਹੀਂ ਬਣਦਾ ਇੱਕ ਵੱਖਰੀ ਗੱਲ ਹੈ, ਪਰ ਸਾਡੀ ਨਿਗਾਹ ਦੇ ਵਿੱਚ ਉਹ ਇੰਡੀਅਨ ਆਈਡਲ ਤੋਂ ਬਹੁਤ ਉਤਾਂਹ ਪਹੁੰਚ ਚੁੱਕਿਆ, ਪਰ ਉਹਦੀ ਮਾਂ ਅੱਜ ਵੀ ਬਸੰਤ ਵਾਲੇ ਦਿਨ ਆਹ ਗੁਬਾਰੇ ਵੇਚ ਰਹੀ ਹੈ। ਕਿੰਨੇ ਦਾ ਵੇਚ ਰਹੇ ਹੋ? 10 ਰੁਪਏ 10 ਰੁਪਏ ਦਾ। ਕਿੰਨੇ ਕੁ ਵੇਚ ਲਾਂਗੇ ਆਪਾਂ? ਕਿੰਨੇ ਕੁ ਵੇਚ ਲਾਂਗੇ? ਰਾਤ ਦੇ ਆਏ 11 ਵਜੇ ਦੀ ਤੇ ਬੈਠੇ ਹੈਗੇ ਹੁਣ, ਦੇਖੋ ਇੰਨੇ ਤਾਂ ਪਏ ਹੈਗੇ, ਗੁਬਾਰੇ ਥੋੜੇ ਵਿਕੇ ਹੈਗੇ। ਅੱਛਾ, ਇਹ ਤਾਂ ਨਹੀਂ ਹੋਇਆ ਕਿਸੇ ਨੇ ਪਛਾਣਿਆ ਵੀ ਇਹ ਸਣੀ ਦੀ ਮੰਮੀ? ਨਹੀਂ, ਬਹੁਤ ਨੇ ਪਛਾਣੇ। ਪਛਾਣੇ? ਹਾਂਜੀ। ਫਿਰ ਸੇਲ 'ਚ ਫਰਕ ਪਿਆ ਵੀ ਨਹੀਂ, ਮੈਂ ਤਾਂ ਸਣੀ ਦੀ ਮੰਮੀ ਤੋਂ ਹੀ ਗੁਬਾਰੇ ਲੈਣੇ? ਨਹੀਂ, ਕਿਸੇ ਨੂੰ ਪਤਾ ਉਹ ਤਾਂ ਲੈ ਜਾਂਦਾ ਤੇ ਨਹੀਂ ਪਤਾ ਹੈਗਾ ਉਹ ਐਵੇਂ ਵੀ ਲੈ ਜਾਂਦਾ। ਤੇ ਅੱਜ ਸਣੀ ਦੀ ਭੈਣ ਕਿੱਥੇ? ਸਣੀ ਦੀ ਭੈਣ ਘਰੇ ਹੈਗੀ, ਰੋਟੀ ਬਣਾਉਂਦੀ। ਰੋਟੀ ਬਣਾਉਂਦੀ? ਉਹ ਆਊਗੀ। ਆਊਗੀ, ਹਾਂਜੀ ਬਿਲਕੁਲ। ਮੈਂ ਇਹਨਾਂ ਦਾ ਘਰ ਵੀ ਦੇਖ ਕੇ ਆਇਆ, ਬਿਲਕੁਲ ਵਧੀਆ ਗੱਲ ਹੈ ਕਿ ਉਹ ਬਣ ਰਿਹਾ, ਜ਼ਿਆਦਾ ਵਧੀਆ ਬਣ ਰਿਹਾ, ਪਰ ਦੇਖੋ ਗੱਲ ਇਹੀ ਹੈ ਕਿ ਬਸੰਤ ਵਾਲੇ ਦਿਨ ਮੈਂ ਆਹੀ ਕਹਿੰਦਾ ਵੀ ਇਸ ਟੈਂਕੀਆਂ 'ਚ ਹਵਾ ਭਰਦਾ ਮੁੰਡਾ, ਐਸੀ ਹਵਾ ਉਹਨੇ ਭਰੀ ਹੈ, ਐਸੀ ਉਡਾਰੀ ਮਾਰੀ ਹੈ ਕਿ ਉਹਨੇ ਖਾਸ ਕਰ ਆਪਣੇ ਸਮਾਜ ਦਾ ਨਾਮ ਰੋਸ਼ਨ ਕੀਤਾ, ਖਾਸ ਕਰ ਉਹਨੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ, ਅਤੇ ਖਾਸ ਕਰ ਜਿਹੜੀ ਮਾਂ ਉਹਦੇ ਲਈ
ਕਸ਼ਮੀਰ ਤੱਕ ਚੌਲ ਮੰਗਣ ਜਾਂਦੀ ਸੀ, ਜੇ ਉਹਦੀ ਮਾਂ ਜਿਹੜੀ ਲੁਧਿਆਣੇ ਕੰਮ ਕਰਨ ਜਾਂਦੀ ਸੀ ਜਾਂ ਇਹਨਾਂ ਗਲੀਆਂ ਦੇ ਵਿੱਚ ਗੁਬਾਰੇ ਵੇਚਦੀ ਸੀ, ਉਸ ਮਾਂ ਨੂੰ ਇਹ ਕਿਹਾ ਕਿ ਮਾਂ ਹੁਣ ਤੂੰ ਟੈਨਸ਼ਨ ਲੈ, ਤੇਰਾ ਪੁੱਤਰ ਇਹ ਸਾਰੇ ਤੇਰੇ ਸੁਪਨੇ ਜਿਹੜੇ ਪੂਰੇ ਕਰ ਦੂਗਾ ਅਤੇ ਤੈਨੂੰ ਹੁਣ ਆਹ ਕੰਮ ਕਰਨ ਦੀ ਲੋੜ ਨਹੀਂ। ਕਿਹਾ ਸੀ ਰਾਤ ਨੂੰ ਫੋਨ ਆਇਆ ਸੀ ਮੇਰੇ ਮੁੰਡੇ ਦਾ, ਮੈਂ ਆਖਿਆ ਸੀ ਮੈਂ ਕਿਹਾ ਮੈਂ ਬਸੰਤ ਕਰਨ ਜਾਣਾ, ਉਹ ਕਹਿੰਦਾ ਮੰਮੀ ਤੂੰ ਨਾ ਜਾ, ਤੈਨੂੰ ਕੀ ਲੋੜ ਹੈਗੀ, ਥੋੜ੍ਹੇ ਦਿਨ ਰੁਕ ਜਾ, ਤੂੰ ਆਪ ਹੀ ਬੈਠ ਕੇ ਖਾਈ, ਤੇਰੇ ਵਾਸਤੇ ਤਾਂ ਮੈਂ ਮਿਹਨਤ ਕਰਦਾ ਪਿਆ। ਅਤੇ ਮੈਂ ਆਖਿਆ ਮੈਂ ਕਿਹਾ ਸਾਲ ਦਾ ਤਿਉਹਾਰ ਅਸੀਂ ਹਰ ਸਾਲ ਬੇਟਾ ਕਰਦੇ ਹਾਂ, ਆਪਣੀ ਰੋਜ਼ੀ ਰੋਟੀ ਨਹੀਂ ਭੁੱਲਣੀ ਚਾਹੀਦੀ, ਮਿਹਨਤ ਹੈ ਜਿਹੜੀ ਉਹ ਤਾਂ ਕਰਨੀ ਹੈ। ਦੇਖਿਆ ਇਹ ਗੱਲ ਹੁੰਦੀ ਹੈ, ਨਹੀਂ ਤਾਂ ਸਾਡੇ ਵਰਗਾ ਕੀ ਹੁੰਦਾ, ਥੋੜ੍ਹਾ ਜਿਹਾ ਨਾਮ ਖੱਟ ਜਾਂਦਾ ਅਤੇ ਫੁਕਰੀਆਂ ਜਿਹੜੀਆਂ ਨੇ ਉਹ ਜਿਹੜੀਆਂ ਮਾਂ ਤੋਂ ਮੰਮਾ 'ਤੇ ਆ ਜਾਂਦੇ ਅਸੀਂ, ਉਹ ਮੰਮਾ ਕਿਆ ਹਾਲ ਹੈ, ਇਸ ਟਾਈਪ ਦੀਆਂ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰਦੀਆਂ। ਪਰ ਇਹ ਉਹ ਮਾਂ ਜਿਹਨੇ ਬਹੁਤ ਗਰੀਬੀ ਦੇਖੀ ਹੈ, ਮਾਂ ਨੇ ਬੜੀ ਪੁੱਤਰ ਲਈ ਮਿਹਨਤ ਕੀਤੀ ਹੈ। ਇੱਦਾਂ ਵੀ ਕਦੀ ਹੋਇਆ ਸੀ ਵੀ ਆਪਾਂ ਸਣੀ ਨੂੰ ਦੇਣ ਲਈ ਆਪ ਮਾਂ ਭੁੱਖੀ ਰਹੀ ਹੋਵੇ ਕਦੀ? ਇਹ ਤਾਂ ਹੈਗਾ ਹੀ, ਫਿਰ ਮੈਂ ਤਾਂ ਬਣਾਉਂਦੀ ਰੋਟੀ ਉਹਨੂੰ ਦੇ ਦਿੰਦੀ ਅਤੇ ਮੈਂ ਨਹੀਂ ਖਾਂਦੀ, ਹਾਂ ਦੇਖ ਲੈਂਦੀ ਵੀ ਮੇਰਾ ਬੱਚਾ ਭੁੱਖਾ ਨਾ ਰਹਿ ਜਾਂਦਾ। ਮਾਂ ਦਾ ਕੀ ਹੈ, ਮਾਂ ਤਾਂ ਬੱਚੇ ਨੂੰ ਦੇਖ ਕੇ ਰੱਜ ਜਾਂਦੀ ਹੈ। ਪਰ ਇੱਕ ਗੱਲ ਹੈ, ਦੇਖੋ ਹੌਸਲਾ ਜਿਹੜਾ, ਜਿਸ ਦਿਨ ਮੈਂ ਪਹਿਲੇ ਦਿਨ ਤੁਹਾਨੂੰ ਮਿਲਿਆ ਸੀ ਉਸ ਦਿਨ ਅੱਖਾਂ ਦੇ ਵਿੱਚ ਜਿਹੜਾ ਪਾਣੀ ਸੀ, ਪਰ ਅੱਜ ਜੇ ਮੈਂ ਤੁਹਾਡੀਆਂ ਅੱਖਾਂ ਦੇ ਵਿੱਚ ਦੇਖਾਂ ਤਾਂ ਇੱਕ ਵਿਸ਼ਵਾਸ ਅਤੇ ਇੱਕ ਖੁਸ਼ੀ ਹੈ। ਹਾਂਜੀ, ਬਹੁਤ ਜ਼ਿਆਦਾ ਖੁਸ਼ੀ, ਕਿਵੇਂ ਨਹੀਂ ਖੁਸ਼ੀ ਹੋਊਗੀ, ਸਾਡਾ ਬੱਚਾ ਪੂਰਾ ਇੰਡੀਆ 'ਚ ਸਾਡਾ ਨਾਮ ਕੀਤਾ ਹੈਗਾ, ਇਹ ਸਾਰਿਆਂ ਤੋਂ ਵੱਡੀ ਕਮਾਈ ਹੈਗੀ। ਪੈਸੇ ਦੀ ਨਹੀਂ ਹੁੰਦੀ, ਪੈਸਾ ਤਾਂ ਕਾਗਜ਼ ਤਾਂ ਹੈਗਾ, ਪੈਸੇ ਦਾ ਕੀ ਬੰਦਾ ਮਾਣ ਕਰੀਏ, ਪੈਸੇ ਤਾਂ ਨਹੀਂ ਕਰਨਾ ਚਾਹੀਦਾ, ਆਪਣਾ ਵਕਤ ਜਿਹੜਾ ਟਾਈਮ ਹੈਗਾ ਜਿਹੜੇ ਹਾਲਾਤ ਹੈਗੇ ਉਹਨੂੰ ਯਾਦ ਕਰਨੇ ਚਾਹੀਦੇ, ਉਹਨੂੰ ਨਹੀਂ ਭੁੱਲਣਾ ਚਾਹੀਦਾ। ਬਿਲਕੁਲ ਭੁੱਲੀ ਵੀ ਨਹੀਂ, ਸਣੀ ਦੀ ਮਾਂ ਅੱਜ ਵੀ ਨਹੀਂ ਭੁੱਲੀ, ਅੱਜ ਵੀ ਉਹਨਾਂ ਟੱਬਰ ਵਾਲਿਆਂ ਦੇ ਵਿੱਚ ਉਸੇ ਰਿਸ਼ਤੇਦਾਰਾਂ ਦੇ ਵਿੱਚ ਬੈਠ ਕੇ ਗੁਬਾਰੇ ਹੀ ਵੇਚ ਰਹੀ ਹੈ। ਮੈਨੂੰ ਯਾਦ ਆ ਉਸ ਇੰਟਰਵਿਊ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਰਿਸ਼ਤੇਦਾਰ ਸੀਗੇ ਖਾਸ ਕਰ ਦਾਦਕਾ ਪਰਿਵਾਰ, ਉਹ ਬੜਾ ਐਂਟੀ ਹੋ ਗਿਆ ਸੀ ਵੀ ਨਹੀਂ ਤੂੰ ਮੁੰਡੇ ਨੂੰ ਵਿਗਾੜੀ ਜਾਂਦੀ ਹੈ, ਤੂੰ ਮੁੰਡੇ ਨੂੰ ਕੁਛ ਕਰਨ ਨਹੀਂ ਦਿੰਦੀ। ਹੁਣ ਉਹ ਕੀ ਕਹਿੰਦੇ? ਹੁਣ ਕੀ ਕਹਿੰਦੇ, ਹੁਣ ਤਾਂ ਲੜਦੇ ਹੈਗੇ, ਕਹਿੰਦਾ ਸੈਨੀ ਸਾਡੇ ਨਾਲ ਗੱਲ ਨਹੀਂ ਕਰਦਾ, ਉਹ ਨਹੀਂ ਕਰਦਾ, ਪਹਿਲੇ ਸੈਨੀ ਨੂੰ ਝਿੜਕਦੇ ਸੀਗੇ, ਬੋਲਦੇ ਸੀਗੇ, ਮਾਂ ਖਰਾਬ ਕਰਦੀ, ਕੰਮ 'ਤੇ ਨਹੀਂ ਲਾਣ ਦਿੰਦੀ, ਅਤੇ ਹੁਣ ਤਾਂ ਸੈਨੀ ਨੂੰ ਪਿਆਰ ਬਹੁਤ ਹੀ ਜ਼ਿਆਦਾ, ਸਾਰੇ ਵੀ ਕਰਦੇ ਹੈ, ਸਾਰੇ ਕਰਦੇ, ਹਾਂਜੀ ਪੰਜਾਬ ਦੇ ਵੀ ਕਰਦੇ, ਸਾਡੇ ਸੈਂਸੀ ਸਮਾਜ ਵੀ ਕਰਦੇ ਹੈ, ਜਿਹੜੀ ਸਾਡੀ ਜਾਤ ਹੈਗੀ ਸਾਰੇ ਹੀ ਕਰਦੇ ਹੈ। ਸੈਂਸੀ ਸਮਾਜ ਦੇ ਵਿੱਚੋਂ ਸਨੀ ਹਿੰਦੁਸਤਾਨੀ ਨੇ ਬਹੁਤ ਨਾਮ ਖੱਟਿਆ, ਮਾਂ ਨੂੰ ਅੱਜ ਮਾਣ ਪ੍ਰਾਪਤ ਹੈ, ਭਾਵੇਂ ਉਹਦਾ ਮੁੰਡਾ ਦੇਸ਼ਾਂ ਵਿਦੇਸ਼ਾਂ 'ਚ ਨਾਮ ਖੱਟ ਰਿਹਾ, ਇੰਡੀਅਨ ਆਈਡਲ ਦੇ ਵਿੱਚ ਤੁਸੀਂ ਦੇਖੋ ਟੌਪ 'ਤੇ, ਮੈਨੂੰ ਲੱਗਦਾ ਜਿੰਨੇ ਮੈਡਲ ਉਹਨੂੰ ਮਿਲ ਰਹੇ ਨੇ ਤਾਂ ਉਹ ਓਨੇ ਹੀ ਮੈਡਲ ਸਾਨੂੰ ਮਿਲਦੇ ਪਏ, ਅਸੀਂ ਇਹ ਕਹਿ ਲਈਏ ਓਨੇ ਮਾਈਕ ਸਾਨੂੰ ਮਿਲਦੇ ਪਏ ਆ, ਓਨੇ ਮਾਈਕ ਉਹ ਮਾਂ ਨੂੰ ਮਿਲਦੇ ਪਏ ਆ। ਦੁਆਵਾਂ ਸਾਰਿਆਂ ਦੀਆਂ ਸਣੀ ਦੇ ਨਾਲ ਹੈ ਇਸ ਬਸੰਤ 'ਤੇ। ਹਾਂਜੀ ਹਾਂਜੀ ਬਿਲਕੁਲ, ਕੋਈ ਗੱਲ ਨਹੀਂ, ਗਾਰਾ ਆਪਾਂ ਨੂੰ ਕੁਛ ਨਹੀਂ ਕਹਿੰਦਾ। ਮੈਂ ਵੀ ਜਦੋਂ ਪਹਿਲੇ ਦਿਨ ਇਹਨਾਂ ਦੇ ਘਰ ਗਿਆ ਨਾ, ਅਤੇ ਉਹੀ ਗੱਲ ਹੈ ਕਿ ਦੇਖੋ ਜਿਸ ਤਰ੍ਹਾਂ ਦਾ ਘਰ ਸੀਗਾ ਤਾਂ ਉੱਥੇ ਬੈਠਣ ਨੂੰ ਕੁਛ ਨਹੀਂ ਸੀ, ਤਾਂ ਮੈਂ ਥੱਲੇ ਬੈਠ ਗਿਆ ਤਾਂ ਮੈਨੂੰ ਬੜੇ ਬੰਦਿਆਂ ਨੇ ਫੋਨ ਕੀਤਾ ਬਾਈ ਜੀ ਤੁਸੀਂ ਤਾਂ ਥੱਲੇ ਬਹਿ ਗਏ ਸੀ, ਤਾਂ ਮੈਂ ਵੀ ਇਹ ਕਿਹਾ ਸੀ, ਮੈਂ ਕਿਹਾ ਯਾਰ ਵੀ ਮੈਂ ਵੀ ਜ਼ਮੀਨ ਨਾਲ ਜੁੜਿਆ, ਮੈਂ ਬਹੁਤ ਗਰੀਬ ਆਦਮੀ ਹਾਂ, ਅਤੇ ਮੈਂ ਵੀ ਇਹਨਾਂ ਦੇ ਨਾਲ ਥੱਲੇ ਬੈਠਾ ਸੀ, ਅਤੇ ਮੈਂ ਯਾਰ ਮੈਂ ਤਾਂ ਆਪ ਧਰਾਤਲ 'ਤੇ ਬੈਠਣ ਵਾਲਾ ਬੰਦਾ, ਠੀਕ ਹੈ ਜੀ ਅੱਜ ਵਾਹਿਗੁਰੂ ਨੇ ਮੈਨੂੰ ਮਾਈਕ ਫੜਾਤਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਬਹੁਤ ਵੱਡਾ ਆਦਮੀ ਹੋ ਗਿਆ, ਮੈਂ ਬਹੁਤ ਫੁਕਰੀਆਂ ਮਾਰਾਂ, ਨਹੀਂ ਯਾਰ, ਅਸੀਂ ਇਸੇ ਮਿੱਟੀ 'ਚੋਂ ਪੈਦਾ ਹੋਏ ਹਾਂ, ਅਤੇ ਇਸ ਜੇ ਮਿੱਟੀ 'ਤੇ ਵੀ ਅਸੀਂ ਬਹਿ ਜਾਂਗੇ ਤਾਂ ਸਾਡਾ ਕੁਛ ਘਟਣਾ ਨਹੀਂ। ਸੋਚ ਹੁੰਦੀ ਹੈ ਜੋ ਇਸ ਮਾਂ ਦੀ ਸੋਚ ਹੈ ਕਿ ਅੱਜ ਵੀ ਮੁੰਡਾ ਐਡਾ ਵੱਡਾ ਸਟਾਰ ਹੋਵੇ ਅਤੇ ਮਾਂ ਅੱਜ ਵੀ 10-10 ਰੁਪਏ ਦੇ ਗੁਬਾਰੇ ਵੇਚਦੀ ਹੋਵੇ, ਇੱਦੋਂ ਵਧੀਆ ਸੋਚ ਕੀ ਹੋਊਗੀ, ਕੀ ਕਹਿਣਾ? ਠੀਕ ਹੈ।
ਇਹ ਮੈਂ ਪਹਿਲੇ ਵੀ ਆਖਿਆ ਹੁਣ ਵੀ ਕਹੇ, ਜਿਹੜੀ ਸਾਡੀ ਮਿਹਨਤ ਹੈ ਉਹ ਤਾਂ ਅਸੀਂ ਭੁੱਲਦੇ ਨਹੀਂ ਸਾਰੀ ਜ਼ਿੰਦਗੀ, ਰਹਿ ਗਈ ਸਾਡੇ ਮੁੰਡੇ ਵਾਲੀ, ਮੁੰਡਾ ਮੇਰਾ ਇੱਥੇ ਆਊਗਾ ਫੈਲਲ ਹੋ ਕੇ ਜਿੱਤ ਕੇ, ਅਤੇ ਫਿਰ ਇੱਕ ਦੋ ਦਿਨ ਰਹੂਗਾ ਤਾਂ ਰਹੂਗਾ, ਨਹੀਂ ਤਾਂ ਉੱਥੇ ਬਾਹਰ ਹੀ ਰਹੂਗਾ, ਮੇਰੇ ਕੋਲ ਕਿੱਥੇ ਰਹੂਗਾ, ਜਿਹੜੀ ਮੇਰੀ ਮਿਹਨਤ ਉਹ ਤਾਂ ਮੈਂ ਕਰੂੰਗੀ। ਅੱਛਾ ਆਪ ਤੁਸੀਂ ਬੰਬੇ ਨਹੀਂ ਜਾਣਾ ਫਿਰ ਪੁੱਤਰ ਦੇ ਨਾਲ? ਬੰਬੇ ਲਊਗਾ ਜਦੋਂ, ਬੰਬੇ ਦੀ ਐਵੇਂ ਹੈ ਜਦੋਂ ਲਿਊਗਾ, ਹਲੇ ਤਾਂ ਉੱਥੇ ਮਹਿੰਗੀ ਜਗ੍ਹਾ ਬਹੁਤ, ਕਿੰਨੀ ਮਹਿੰਗੀ ਹੈਗੀ, ਹਲੇ ਤਾਂ ਟਾਈਮ ਲੱਗੂਗਾ ਬੱਚੇ ਨੂੰ, ਮਾੜਾ ਮੋਟਾ ਇੱਥੇ ਤੇਰੇ ਵਰਗੇ ਬਣਾਈ ਜਾਂਦੇ ਹੈਗੇ, ਮੈਂ ਮਦਦ ਕਰੀ ਜਾਂਦੇ ਤੇ ਬਣੀ ਜਾਂਦਾ ਹੈਗਾ ਮਾੜਾ ਮੋਟਾ, ਪਹਿਲੇ ਨਾਲ ਤਾਂ ਬਹੁਤ ਹੀ ਜ਼ਿਆਦਾ ਸੁਧਾਰ ਆ ਗਿਆ ਸਾਡਾ, ਪੱਥਰ ਵੀ ਲੱਗ ਗਿਆ, ਪਲਸਤਰ ਵੀ ਹੋ ਗਿਆ, ਚਾਰ ਦੀਵਾਰੀ ਵੀ ਹੋ ਗਈ, ਅਤੇ ਮਾੜਾ ਮੋਟਾ ਬਸ ਲੈਟਰਿੰਗ ਬਾਥਰੂਮ ਸੀ ਉਹ ਵੀ ਬਣਦਾ ਪਿਆ। ਚਲੋ ਵਧੀਆ ਗੱਲ ਹੈ ਕਿ ਸਣੀ ਦੀ ਮਿਹਨਤ ਸਦਕਾ ਮਾਂ ਦਾ ਸਿਰ ਹੈ ਜਿਹੜਾ ਉੱਚਾ ਹੋਇਆ ਆਪਣੇ ਇਹਨਾਂ ਦੇ ਸੈਂਸੀ ਸਮਾਜ ਦੇ ਵਿੱਚ, ਅਤੇ ਇਸ ਦੇਸ਼ ਦੁਨੀਆ ਦੇ ਵਿੱਚ ਮਾਂ ਦਾ ਨਾਮ, ਮਾਂ ਵੈਸੇ ਹੀ ਬਹੁਤ ਮਹਾਨ ਹੁੰਦੀ ਹੈ। ਕੋਸ਼ਿਸ਼ ਕਰਦੇ ਹਾਂ ਜੇ ਉਹਦੀ ਸਿਸਟਰ ਨਾਲ ਆਪਣੀ ਗੱਲਬਾਤ ਹੋਵੇ, ਜੇ ਉਹ ਇੱਥੇ ਆਉਂਦੀ ਹੈ ਤਾਂ ਆਪਾਂ ਉਹਦੇ ਨਾਲ ਗੱਲ ਕਰਦੇ ਹਾਂ, ਅਤੇ ਜੇ ਨਹੀਂ ਆਉਂਦੀ ਤਾਂ ਤੁਹਾਨੂੰ ਸਾਰਿਆਂ ਨੂੰ ਬਸੰਤ ਦੀ ਬਹੁਤ ਬਹੁਤ ਵਧਾਈ। ਮੈਂ ਕਿਹਾ ਸੀ ਕਿ ਆਪਾਂ ਸਨੀ ਦੀ ਭੈਣ ਨਾਲ ਗੱਲ ਕਰਦੇ ਹਾਂ, ਸਕੀਨਾ ਨਾਲ, ਪਰ ਉਦੋਂ ਪਹਿਲਾਂ ਸਨੀ ਦੇ ਜ਼ਿਆਦਾ ਉਹਦੀ ਐਡਵਰਟੀਜ਼ਮੈਂਟ ਕਰਨ ਦੇ ਵਿੱਚ ਜਾਂ ਉਹਨੂੰ ਪ੍ਰਮੋਟ ਕਰਨ ਦੇ ਵਿੱਚ ਬਠਿੰਡੇ 'ਚ ਖਾਸ ਕਰ ਉਹਦੇ ਮਾਮੇ ਦਾ ਬਹੁਤ ਵੱਡਾ ਹੱਥ ਹੈ, ਵਿਜੇ ਦਾ। ਵਿਜੇ ਕਾਫੀ ਜ਼ਿਆਦਾ ਪ੍ਰਮੋਟ ਕੀਤਾ ਤੁਸੀਂ ਸਨੀ ਨੂੰ, ਹਾਂਜੀ, ਰਿਸ਼ਤੇਦਾਰੀ 'ਚੋਂ ਭਾਂਜਾ ਲੱਗਦਾ ਆਪਣਾ, ਅਤੇ ਉਹ ਇੰਨਾ ਨਾਮ ਖੱਟ ਚੁੱਕਿਆ, ਅੱਜ ਵੀ ਆਪਾਂ ਗੁਬਾਰੇ ਵੇਚਦੇ ਪਏ, ਅੱਜ ਉਹਦੀ ਮਾਂ ਵੀ ਗੁਬਾਰੇ ਵੇਚਦੀ ਪਈ ਹੈ। ਕੀ ਲੱਗਦਾ ਵੀ ਯਾਰ ਸਾਡੇ 'ਚੋਂ ਵੀ ਹੁਣ ਸਾਡਾ ਜਿਹੜਾ ਸਮਾਜ ਹੈ ਉਹ ਬਹੁਤ ਉਤਾਂਹ ਪਹੁੰਚੂਗਾ? ਹਾਂਜੀ ਜ਼ਰੂਰ, ਕਿਉਂਕਿ ਸੰਨੀ ਨੇ ਪੂਰੇ ਸਮਾਜ ਦਾ, ਪੂਰੇ ਸ਼ਹਿਰ ਦਾ, ਪੂਰੇ ਪੰਜਾਬ ਦਾ ਹੀ ਨਾਂ ਉੱਚਾ ਕੀਤਾ। ਬਾਕੀ ਜਿਹੜਾ ਆਪਣਾ ਗੁਬਾਰਿਆਂ ਦਾ ਪੁਰਾਣਾ ਕੰਮ ਹੈ, ਅਸੀਂ ਬਚਪਨ ਤੋਂ ਹੀ, ਮੈਂ ਮੇਰੀ ਮੰਮੀ ਦੇ ਨਾਲ ਗੁਬਾਰੇ ਵੇਚਦਾ ਸੀ, ਅਤੇ ਜਦੋਂ 2 ਰੁਪਏ ਦਾ ਗੁਬਾਰਾ ਵਿਕਦਾ ਸੀ, 1 ਰੁਪਏ ਦਾ, ਅੱਜ 20 ਰੁਪਏ ਦਾ ਵਿਕਦਾ। ਅਤੇ ਬਸੰਤ ਪੰਚਮੀ ਦਾ ਸਾਡਾ ਖਾਸ ਦਿਨ ਹੁੰਦਾ ਸੀ, ਪੂਰੇ ਸਾਲ ਵੇਟ ਕਰਦੇ ਹਾਂ ਵੀ ਬਸੰਤ ਪੰਚਮੀ ਦੇ ਦਿਨ 10-15 ਹਜ਼ਾਰ ਦੀ ਸੇਲ ਹੋ ਜਾਂਦੀ ਹੈ, ਤਾਂ ਕਿ ਘਰ ਦਾ ਕੋਈ ਪੁਰਾਣਾ ਕੰਮ ਹੋ ਜਾਂਦਾ ਹੈ, ਕੋਈ ਵਿਆਹ ਸ਼ਾਦੀਆਂ 'ਚ ਕੱਪੜੇ ਲੈ ਲੈਂਦੇ ਆ, ਜਾਂ ਕਿਸੇ ਦੇ ਕੋਈ ਕਰਜ਼ ਦੇਣਾ ਹੋਵੇ ਉਹ ਦੇ ਦਿੰਦੇ ਹਾਂ, ਕਮੇਟੀਆਂ ਭਰ ਦਿੰਦੇ ਹਾਂ, ਬਹੁਤ ਫਾਇਦਾ ਹੁੰਦਾ ਅੱਜ ਦੇ ਦਿਨ। ਸਨੀ ਆਪਣਾ ਇਹ ਕਹਿ ਲਈ ਵੀ ਸਨੀ ਨੇ ਕਾਫੀ ਨਾਮ ਖੱਟਿਆ, ਉਹਦੇ 'ਚ ਮੈਂ ਇਹ ਗੱਲ ਵੀ ਵਿਜੇ ਨੇ ਕਾਫੀ ਹੈਲਪ ਕੀਤੀ ਹੈ ਬਠਿੰਡੇ 'ਚੋਂ, ਅਤੇ ਬਠਿੰਡੇ ਦੇ ਵਿੱਚ ਵਿਜੇ ਦੀ ਬਹੁਤ ਜਾਣ ਪਛਾਣ ਵੱਧ ਗਈ। ਅੱਛਾ ਉਹਦੇ ਨਾਲ ਕੋਈ ਸੇਲ 'ਚ ਫਰਕ ਪਿਆ? ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਹੁਣ ਹਰੇਕ ਬੰਦਾ ਜਾਣਦਾ ਕਿ ਸਨੀ ਦਾ ਮਾਮਾ ਹੈਗਾ, ਅਤੇ ਹਰੇਕ ਰੁਕ ਜਾਂਦੇ ਆ ਸ਼ੌਂਕ ਨਾਲ, ਗੁਬਾਰੇ ਲੈ ਕੇ ਜਾਂਦੇ ਆ, ਅਤੇ ਬਾਬਾ ਹੁਣ ਲੋਕ ਰੁਕੇ ਸੀਗੇ, ਗੁਬਾਰੇ ਲੈ ਕੇ ਗਏ, ਬਹੁਤ ਫਰਕ ਪਿਆ ਸੇਲ 'ਚ, ਕੁਛ ਫਰਕ ਪੈ ਗਿਆ? ਹਾਂਜੀ ਹਾਂਜੀ, ਊਂ ਵੀ ਵੈਸੇ ਲੋਕ ਜਾਣਨ ਪਛਾਣਨ ਲੱਗੇ ਸੰਨੀ ਕਰਕੇ, ਪਹਿਲਾਂ ਤਾਂ ਲੋਕ ਮਾੜਾ ਮੋਟਾ ਜਾਣਦੇ ਸੀ, ਹੁਣ ਜ਼ਿਆਦਾ ਹੀ ਇੱਜ਼ਤ 'ਚ ਕੋਈ ਵਾਧਾ ਹੋਇਆ? ਹਾਂਜੀ ਬਿਲਕੁਲ ਬਿਲਕੁਲ, ਵੱਡੇ ਵੱਡੇ ਆਪਣੇ ਅਫਸਰ ਹੈਗੇ ਜਿਹੜੇ ਸੰਨੀ ਦੇ ਬਾਰੇ ਪੁੱਛਦੇ ਆ, ਵਧੀਆ ਜੀ ਕਰਕੇ ਬੁਲਾਉਂਦੇ, ਸ਼ਹਿਰ ਦੇ ਲੋਕ ਬੜਾ ਪਿਆਰ ਦਿੰਦੇ ਆ, ਸਾਡੀਆਂ ਕੁੜੀਆਂ ਗੁਬਾਰੇ ਵੇਚਣ ਜਾਂਦੀਆਂ, ਆ ਜਾਓ ਜੀ ਚਾਹ ਪੀ ਲਓ ਤੁਸੀਂ ਸੰਨੀ ਦੇ, ਕੀ ਲੱਗਦੇ ਹੋ, ਬਹੁਤ ਵਧੀਆ ਹੈ ਰਿਸਪੈਕਟ। ਇਹ ਇਹ ਦੇਖੋ ਇਹ ਬੜੀ ਵਧੀਆ ਗੱਲ ਕੀਤੀ ਵਿਜੇ ਨੇ, ਹੁਣ ਜਿਵੇਂ ਮੈਂ ਦੇਖਦਾ ਆ ਕੁੜੀ ਬਹੁਤ ਸਾਲਾਂ ਤੋਂ ਗੁਬਾਰੇ ਵੇਚਦੀ ਹੈ, ਆਪਣਾ ਕੀ ਨਾਮ ਹੈ, ਇੱਧਰ ਮੇਰੇ ਨਾਲ ਗੱਲ ਕਰੋ, ਕੀ ਨਾਮ ਹੈ ਆਪਣਾ? ਰਾਣੋ। ਰਾਣੋ ਸਣੀ ਆਪਣਾ ਕੀ ਲੱਗਦਾ? ਭਾਂਜਾ। ਅਤੇ ਜਦੋਂ ਹੁਣ ਆਪਾਂ ਗੁਬਾਰੇ ਵੇਚਣ ਜਾਂਦੇ ਹਾਂ ਕੋਈ ਫਰਕ ਲੱਗਦਾ? ਹਾਂਜੀ ਹਰ ਕੋਈ ਪੁੱਛਦਾ ਹੈਗਾ ਵੀ ਸਨੀ ਤੁਹਾਡਾ ਕੀ ਲੱਗਦਾ, ਮਕ ਭਾਂਜਾ ਲੱਗਦਾ। ਹਾਂਜੀ ਅਤੇ ਉਹਦੇ ਨਾਲ ਗੁਬਾਰਿਆਂ 'ਚ ਸੇਲ ਵੱਧਦੀ ਹੈ?
ਹਾਂਜੀ ਹਰ ਕੋਈ ਗੁਬਾਰੇ ਲੈਂਦਾ ਤੇ ਹਰ ਕੋਈ ਚਾਹ ਪਾਣੀ ਪੁੱਛਦਾ ਬਈ ਬਹਿ ਜਾਓ ਤੁਸੀਂ ਬਹਿ ਜਾਓ ਹਰ ਇੱਕ ਇੱਜ਼ਤ ਨਾਲ। ਜਦੋਂ ਧੀ ਪੁੱਤ ਸਪੂਤ ਹੋਵੇ ਘਰ ਚੋਂ ਇੱਕ ਵੀ ਬੱਚਾ ਵਧੀਆ ਨਿਕਲ ਜੇ ਤਾਂ ਸਾਰੀ ਕੌਮ ਹੈ ਜਿਹੜੀ ਉਹਦਾ ਸਿਰ ਉੱਚਾ ਹੁੰਦਾ। ਕੋਸ਼ਿਸ਼ ਕਰਦੇ ਹਾਂ ਸਕੀਨਾ ਨਾਲ ਵੀ ਆਪਾਂ ਗੱਲ ਕਰੀਏ, ਆ ਜਾਓ। ਅੱਛਾ ਮੈਂ ਤੁਹਾਨੂੰ ਇਹ ਕਿਹਾ ਸੀਗਾ ਕਿ ਆਪਾਂ ਕਿਉਂਕਿ ਲਾਸਟ ਇੰਟਰਵਿਊ ਦੇ ਵਿੱਚ ਵੀ ਆਪਾਂ ਸਕੀਨਾ ਨਾਲ ਗੱਲ ਕੀਤੀ ਸੀ, ਸਨੀ ਦੀ ਵੱਡੀ ਭੈਣ ਨਾਲ ਗੱਲ ਕੀਤੀ ਸੀ, ਅਤੇ ਮਦਰ ਨਾਲ ਤਾਂ ਆਪਾਂ ਗੱਲ ਕਰ ਚੁੱਕੇ ਹਾਂ। ਦੇਖੋ ਧੀਆਂ ਕਿੰਨੀਆਂ ਚੰਗੀਆਂ ਹੁੰਦੀਆਂ ਨਾ, ਧੀਆਂ ਕਿੰਨੀਆਂ ਸਿਆਣੀਆਂ ਹੁੰਦੀਆਂ। ਇੱਥੋਂ ਪਤਾ ਲੱਗਦਾ ਕਿ ਮਾਂ ਕੰਮ ਕਰਨ ਗਈ ਹੈ। ਮਾਂ ਰਾਤ ਦੀ 11 ਵਜੇ ਤੱਕ, ਜਿਵੇਂ ਮਾਂ ਨੇ ਦੱਸਿਆ ਸਨੀ ਦੀ ਨੇ ਕਿ ਮੈਂ ਉਦੋਂ ਖੜੀ ਹਾਂ, ਗੁਬਾਰੇ ਵੀ ਵੇਚਿਆ ਜਾ ਰਿਹਾ ਅਤੇ ਧੀਆਂ ਰੋਟੀ ਬਣਾ ਕੇ ਲੈ ਕੇ ਆਈਆਂ। ਮੈਂ ਤਾਂ ਇੱਥੇ ਸੀ, ਇਹ ਲੈ ਕੇ ਆਈ ਹੈ ਰੋਟੀ ਬਣਾ ਕੇ। ਪਹਿਲਾਂ ਆਪਣੀ ਗੱਲ ਨਹੀਂ ਹੋਈ, ਫਿਰ ਕਿੱਥੇ? ਜਦੋਂ ਉੱਥੇ ਖੜੀ ਸੀ ਮੈਂ, ਤੁਸੀਂ ਪਛਾਣਿਆ ਨਹੀਂ ਹੋਣਾ ਸ਼ਾਇਦ। ਇਹ ਭਾਈ ਫਿਰ ਮੈਥੋਂ ਗਲਤੀ ਹੋ ਗਈ, ਇਹ ਸਨੀ ਦੀ ਵੱਡੀ ਭੈਣ ਹੈ। ਕੀ ਕਹਿਣਾ ਸਨੀ, ਹੁਣ ਆਪਣਾ ਬਹੁਤ ਵੱਡਾ ਸਟਾਰ ਬਣ ਗਿਆ ਹੈ ਨਾ, ਅਤੇ ਕੀ ਹੁਣ ਉਹਦੇ ਬਾਰੇ ਕੀ ਕਹਿਣਾ ਅਤੇ ਆਪਣੇ ਬਾਰੇ ਕੀ ਕਹਿਣਾ? ਆਪਣੇ ਬਾਰੇ ਕੀ ਕਹਿਣਾ, ਥੋੜ੍ਹੇ ਹਾਲਾਤ ਠੀਕ ਹੋ ਜਾਂਦੇ ਆ ਹੁਣ ਹੌਲੀ ਹੌਲੀ। ਬਾਕੀ ਸਨੀ ਦੀ ਸਾਨੂੰ ਬਹੁਤ ਖੁਸ਼ੀ ਹੈ ਅਤੇ ਬਸ ਸਾਡੀ ਇਹੀ ਖੁਆਇਸ਼ ਹੈ ਉਹ ਜਿੱਤ ਕੇ ਆਵੇ, ਵਿਨਰ ਬਣ ਕੇ ਦੁਨੀਆ ਦਾ ਨਾਂ ਰੋਸ਼ਨ ਕਰੇ, ਸਾਡੇ ਬਠਿੰਡੇ ਦਾ, ਪੂਰੀ ਇੰਡੀਆ ਦਾ, ਜਿਹੜੀ ਇੰਡੀਆ ਸਾਰੀ ਉਹਦੇ 'ਤੇ ਗਰਵ ਕਰਦੀ ਹੈ। ਕਹਿੰਦੇ ਸਨੀ ਹਿੰਦੁਸਤਾਨੀ ਇੰਡੀਆ ਦਾ ਗਰਵ ਹੈਗਾ। ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ, ਪਰਿਵਾਰ ਨੂੰ ਸਾਨੂੰ। ਅੱਛਾ ਸਕੀਨਾ, ਬੜਾ ਹਾਸਾ ਹੈ ਨਾ ਅੱਜ ਮੈਂ ਸਕੀਨਾ ਦੇ ਮੂੰਹ 'ਤੇ ਦੇਖ ਰਿਹਾ। ਪਹਿਲਾਂ ਜਦੋਂ ਜਿਸ ਦਿਨ ਆਪਾਂ ਪਹਿਲੇ ਦਿਨ ਮਿਲੇ ਸੀ, ਪਹਿਲੇ ਦਿਨ ਇੰਟਰਵਿਊ ਮੈਂ ਕੀਤੀ ਸੀ ਹੈ ਨਾ, ਸਭ ਤੋਂ ਪਹਿਲਾਂ ਮੈਂ ਹੀ ਕੀਤੀ ਸੀ ਤੁਹਾਡੀ ਇੰਟਰਵਿਊ। ਉਸ ਦਿਨ ਸਕੀਨਾ ਦੇ ਚਿਹਰੇ 'ਤੇ ਇੰਨੀ ਮੈਂ ਖੁਸ਼ੀ ਨਹੀਂ ਸੀ ਦੇਖੀ, ਉਦੋਂ ਇੱਕ ਸਹਿਮੀ ਜੀ ਸਕੀਨਾ ਮੈਨੂੰ ਦਿਖੀ ਸੀ। ਇਹਦੇ ਪਿੱਛੇ ਕਾਰਨ, ਇਸ ਖੁਸ਼ੀ ਪਿੱਛੇ ਕਾਰਨ ਕੀ ਹੈ? ਕੀ ਸਨੀ ਦੀ ਕਾਮਯਾਬੀ? ਹਾਂਜੀ ਇਹ ਤਾਂ ਸਾਫ਼ ਹੀ ਪਤਾ ਲੱਗਦਾ ਹੈ ਕਿ ਸਾਡਾ ਭਰਾ ਉੱਥੇ ਗਿਆ, ਖੁਸ਼ੀ ਤਾਂ ਆਪੇ ਹੀ ਹੋਣੀ ਹੈਗੀ। ਫਿਰ ਨਵੀਆਂ ਨਵੀਆਂ ਗੱਲਾਂ ਪਤਾ ਲੱਗੀ ਜਾਂਦੀਆਂ ਨੇ, ਫਿਲਮ 'ਚ ਗਾਣਾ ਦਿੱਤਾ ਹੈ, ਫੋਨ ਲੈ ਕੇ ਦਿੱਤਾ ਉਹਨੂੰ। ਅੱਛਾ। ਅਤੇ ਮਾੜੇ ਮੋਟੇ ਪੈਸੇ ਹੈਲਪ ਹੋਈ ਹੈ ਸਾਡੀ, ਘਰ ਵੀ ਬਣਾਈ ਜਾਂਦੇ ਆ, ਸਭ ਉਹਦੀ ਬਦੌਲਤ ਹੈਗੀ, ਅਤੇ ਫਿਰ ਖੁਸ਼ੀ ਤਾਂ ਹੋਊਗੀ, ਸਾਨੂੰ ਕਿਉਂ ਨਹੀਂ ਹੋਊਗੀ, ਅਸੀਂ ਤਾਂ ਬਹੁਤ ਖੁਸ਼ ਹਾਂ। ਮਸਾਂ ਨਾਲੇ ਮਸਾਂ ਇਹ ਖੁਸ਼ੀਆਂ ਦੇ ਦਿਨ ਆਏ ਹੈਗੇ। ਫਿਰ ਲੈ ਰੋਟੀ ਲਈ, ਇਸ ਹਾਸੇ ਵਾਸਤੇ ਤਾਂ ਪਤਾ ਨਹੀਂ ਅਸੀਂ ਕਿੰਨਾ ਇੰਤਜ਼ਾਰ ਕੀਤਾ ਸੀਗਾ, ਇਹ ਸਭ ਮੇਰੇ ਭਰਾ ਦੀ ਵਜ੍ਹਾ ਤੋਂ ਹੋਇਆ ਹੈ। ਅੱਛਾ ਇੱਥੇ ਇੱਥੇ ਆਪਾਂ ਗੁਬਾਰੇ ਵੇਚਦੇ ਹਾਂ ਹੈ ਨਾ, ਉੱਥੇ ਜਦੋਂ ਬੰਬੇ ਗਏ ਤੇਰੀ ਮਦਰ ਨਾਲ ਤਾਂ ਮੇਰੀ ਗੱਲ ਹੋਈ, ਤਾਂ ਉੱਥੇ ਫਿਰ ਕਿੱਦਾਂ ਲੱਗਿਆ, ਉੱਥੋਂ ਕਿੱਦਾਂ ਲੋਕਾਂ ਨੇ ਟ੍ਰੀਟ ਕਿੱਦਾਂ ਕੀਤਾ? ਜੀ ਸਾਨੂੰ ਬੜੀ ਇੱਜ਼ਤ ਨਾਲ ਲੈ ਕੇ ਗਏ ਆ ਉੱਥੇ, ਅਤੇ ਬੜੀ ਇੱਜ਼ਤ ਮਾਣ ਸਨਮਾਨ ਦਿੱਤਾ। ਫਿਲਹਾਲ ਤਾਂ ਅਸੀਂ ਬੰਬੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀ, ਇਹ ਮੇਰਾ ਭਰਾ ਨਾ ਹੁੰਦਾ ਤਾਂ ਸ਼ਾਇਦ ਅਸੀਂ ਬੰਬੇ ਨਹੀਂ ਹੁੰਦੇ, ਇਹ ਮੇਰੇ ਭਰਾ ਦੇ ਵਜ੍ਹਾ ਤੋਂ ਅਸੀਂ ਉੱਥੇ ਜਾ ਕੇ ਆਈਆਂ। ਮਤਲਬ ਵਧੀਆ ਤਰੀਕੇ ਨਾਲ, ਸਾਨੂੰ ਤਾਂ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ। ਮੈਂ ਉੱਥੇ ਜਾ ਕੇ ਮੈਨੂੰ ਇਹ ਲੱਗ ਰਿਹਾ ਸੀ ਮੈਂ ਇੱਕ ਸੁਪਨਾ ਦੇਖੀ ਜਾਂਦੀ ਹਾਂ, ਇੱਕ ਸੁਪਨੇ 'ਚ ਘੁੰਮੀ ਜਾਂਦੀ ਹਾਂ, ਵਧੀਆ ਜਗ੍ਹਾ ਹੋਟਲ 'ਚ ਅਸੀਂ ਰਹੇ ਹਾਂ, ਵਧੀਆ ਰੋਟੀ ਪਾਣੀ, ਇੱਜ਼ਤ ਮਾਣ ਸਨਮਾਨ ਵੀ ਸਨੀ ਦੀ ਭੈਣ ਹੈ, ਸਾਰੇ ਮੇਰੇ ਨਾਲ ਫੋਟੋ ਖਿਚਾ ਰਹੇ ਸੀਗੇ ਵਧੀਆ ਤਰੀਕੇ ਨਾਲ, ਸਾਰਿਆਂ ਨੇ ਮੇਰੇ ਨਾਲ, ਮਤਲਬ ਸਾਰਾ, ਮਤਲਬ ਖੁਸ਼ ਸੀ ਮੈਂ ਉੱਥੇ ਜਾ ਕੇ, ਚੰਗਾ ਲੱਗਿਆ ਮੈਨੂੰ। ਮਤਲਬ ਸਨੀ ਦੇ ਨਾਲ ਨਾਲ ਸਨੀ ਦੀ ਭੈਣ ਹੈ ਜਿਹੜੀ, ਅਤੇ ਮਾਂ ਤਾਂ ਸੀਗੀ ਸੀਗੀ, ਭੈਣ ਵੀ ਇੱਕ ਸੈਲੀਬ੍ਰਿਟੀ ਬਣ ਗਈ। ਹਾਂਜੀ ਮਤਲਬ ਹਜੇ ਤਾਂ ਕੀ ਬਣ ਗਏ, ਬਾਕੀ ਐਂ ਵੀ ਉਹਦੇ ਪਿੱਛੇ ਥੋੜ੍ਹਾ ਬਹੁਤਾ ਨਾਂ ਹੋ ਜਾਂਦਾ ਹੈਗਾ, ਸਾਨੂੰ ਤਾਂ ਸਾਡਾ ਨਾਂ ਬਣਾ ਕੇ ਕੁਛ ਨਹੀਂ ਚਾਹੀਦਾ ਜੀ, ਸਾਡੇ ਭਰਾ ਦਾ ਬਣ ਜੇ ਉਹੀ ਬਹੁਤ ਹੈ। ਅੱਛਾ ਹੁਣ ਜਿਵੇਂ ਬਸੰਤ ਹੈ ਅੱਜ ਹੈ ਨਾ, ਪਹਿਲਾਂ ਵੀ ਤੁਸੀਂ ਗੁਬਾਰੇ ਜਿਹੜੇ ਵੇਚਦੇ ਸੀਗੇ, ਅਤੇ ਸਨੀ ਨੇ
ਉਹਨੂੰ ਪਤਾ ਸਨੀ ਨੂੰ ਵੀ ਤੁਸੀਂ ਅੱਜ ਗੁਬਾਰੇ ਵੇਚ ਰਹੇ ਹੋ? ਹਾਂਜੀ, ਉਹ ਬਹੁਤ ਲੜੀ ਜਾਂਦਾ ਸੀਗਾ ਮੰਮੀ ਨਾਲ, ਉਹਨੂੰ ਰਾਤ ਨੂੰ ਹੀ ਪਤਾ ਲੱਗਿਆ, ਮੰਮੀ ਨੇ ਉਹਨੂੰ ਦੱਸਿਆ ਨਹੀਂ ਸੀਗਾ। ਅਤੇ ਰਾਤ ਨੂੰ ਜਦੋਂ ਮੰਮੀ ਨੇ ਦੱਸਿਆ ਹੈਗਾ ਉਹਨੂੰ ਕਿ ਬਈ ਅਸੀਂ ਸਵੇਰੇ ਬਸੰਤ ਕਰਨ ਜਾਵਾਂਗੇ, ਅਤੇ ਉਹ ਕਹਿੰਦਾ ਮੰਮੀ ਹੁਣ ਤੈਨੂੰ ਕੀ ਲੋੜ ਹੈ, ਤੂੰ ਇਹ ਕੰਮ ਨਾ ਕਰਿਆ ਕਰ, ਇੱਕ ਤਾਂ ਇੰਨੀ ਮਿਹਨਤ ਹੈ, ਗੱਲ ਇਹ ਨਹੀਂ ਵੀ ਇਹ ਛੋਟਾ ਮੋਟਾ ਕੰਮ ਹੈ, ਗੱਲ ਇਹ ਹੈ ਵੀ ਤੂੰ ਇੰਨੀ ਮਿਹਨਤ ਕਾਹਨੂੰ ਕਰਦੀ ਹੈ। ਚਲੋ ਹੁਣ ਮੇਰਾ ਹੌਲੀ ਹੌਲੀ ਨਾ ਬਣਨ ਲੱਗਿਆ, ਹੁਣ ਰੱਬ ਦੀ ਦਇਆ ਨਾਲ ਸਾਰਾ ਕੁਛ ਆਊਗਾ, ਘਰ ਦੇ ਵਿੱਚ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੈਨੂੰ। ਹਾਂ ਬਿਲਕੁਲ, ਇਹ ਇਹ ਗੱਲ ਜਿਹੜੀ ਸਨੀ ਨੇ ਕੀਤੀ ਇਸ 'ਚ ਵਾਕਈ ਕੋਈ ਸ਼ੱਕ ਨਹੀਂ। ਕਿਹੜਾ ਪੁੱਤਰ ਆ ਜਿਹੜਾ ਇਹ ਚਾਹੁੰਦਾ ਕਿ ਉਹਦੀ ਮਾਂ ਇੱਦਾਂ ਜਦੋਂ ਪੁੱਤ ਜਵਾਨ ਹੋ ਜਾਵੇ ਵੀ ਮਾਂ ਕੰਮ ਕਰਦੀ ਰਹੇ? ਪਰ ਚਲੋ ਹਾਲਾਤ ਜਿੱਦਾਂ ਦੇ ਸੀਗੇ, ਪਰ ਅੱਜ ਇਸ ਘਰ ਦੇ ਹਾਲਾਤ ਹੈ ਦਿਨੋ ਦਿਨ ਸੁਧਰਨੇ ਸ਼ੁਰੂ ਹੋ ਗਏ ਨੇ, ਘਰ ਵੀ ਮੈਂ ਦੇਖ ਕੇ ਆਇਆ ਘਰ ਬਣਨਾ ਸ਼ੁਰੂ ਹੋ ਗਿਆ, ਅਤੇ ਵਾਹਿਗੁਰੂ ਕਰੇ ਇਹ ਘਰ ਬਹੁਤ ਤਰੱਕੀਆਂ ਕਰੇ। ਅਤੇ ਇਸੇ ਤਰੀਕੇ ਨਾਲ ਇਹ ਜਿਵੇਂ ਲੋਕਾਂ ਦੇ ਜੀਵਨ ਦੇ ਵਿੱਚ ਗੁਬਾਰਿਆਂ ਦੇ ਨਾਲ ਰੌਸ਼ਨੀਆਂ ਭਰਦੇ ਸੀਗੇ, ਖੁਸ਼ੀਆਂ ਵੰਡਦੇ ਸੀ, ਸਨੀ ਹੁਣ ਆਪਣੇ ਮਿਊਜ਼ਿਕ ਦੇ ਰਾਹੀਂ ਲੋਕਾਂ ਦੇ ਜੀਵਨ ਦੇ ਵਿੱਚ ਰੰਗ ਭਰ ਰਿਹਾ। ਅਤੇ ਇਹ ਪਤੰਗ ਉਹ ਪਤੰਗ ਹੈ ਜਿਹੜਾ ਤਾ ਉਮਰ ਮਿਊਜ਼ਿਕ ਦੇ ਆਸਮਾਨ ਦੇ ਵਿੱਚ ਚੜ੍ਹਿਆ ਹੀ ਰਹਿਣਾ, ਟੀਸੀਆਂ 'ਤੇ ਰਹਿਣਾ, ਇਸ ਗੱਲ ਦੀ ਬਹੁਤ ਖੁਸ਼ੀ ਹੈ। ਕੀ ਹਾਲ ਮੇਰੇ ਸ਼ਹਿਰ ਦਾ? ਸਾਡਾ ਕੰਮ ਇਹੀ ਹੈ ਕਿ ਜੋ ਸਾਡੇ ਸ਼ਹਿਰ 'ਚ ਹੋ ਰਿਹਾ ਉਹ ਅਸੀਂ ਤੁਹਾਨੂੰ ਦਿਖਾਈਏ ਵੀ ਕੀ ਹੋ ਰਿਹਾ। ਅਤੇ ਅੱਜ ਤੁਸੀਂ ਦੇਖਿਆ ਕਿ ਬਸੰਤ ਭਾਵੇਂ ਛੱਤਾਂ ਦੇ ਉੱਤੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਛੱਤਾਂ ਦੇ ਉੱਤੇ ਲੋਕ ਹਾਹਾ ਹੀ ਹੂ ਕਰ ਰਹੇ ਆ, ਪਤੰਗ ਉਡਾ ਰਹੇ ਆ, ਪਰ ਇਹ ਉਹ ਪਤੰਗ ਹੈ ਜਿਹੜਾ ਤਾ ਉਮਰ ਉਹ ਤਾਂ ਹੀ ਰਹਿਣਾ ਅਤੇ ਉਹ ਤਾਂ ਹੀ ਰਹੇ। ਸਾਡੀਆਂ ਬੈਸਟ ਵਿਸ਼ਿਜ਼ ਜਿਹੜੀਆਂ ਨੇ ਇਹੀ ਹੈ ਕਿ ਇਹ ਟੀਸੀ ਵਾਲਾ ਪਤੰਗ ਹੋਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।